ਨਮਸਕਾਰ ਪਿਆਰੇ ਦਰਸ਼ਕੋ ਡੀਡੀ ਪੰਜਾਬੀ ਦਾ ਤੁਸੀਂ ਆਨੰਦ ਮਾਨ ਰਹੇ ਹੋ ਮੈਂ ਹਾਜ਼ਰ ਹਾਂ ਡਾਕਟਰ ਵਿਪুল ਲੈ ਕੇ ਪ੍ਰੋਗਰਾਮ ਹੈ ਲੈ ਡਾਕਟਰ ਪਿਆਰੇ ਦਰਸ਼ਕੋ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ-ਵੱਖ ਰੋਗਾਂ ਬਾਰੇ ਗੱਲਬਾਤ ਕਰਦੇ ਹਾਂ ਤੇ ਉਹਨਾਂ ਰੋਗਾਂ ਦੇ ਵੱਖ-ਵੱਖ ਮਾਹਿਰਾਂ ਨੂੰ ਇੱਥੇ ਸੱਦਾ ਦਿੰਦੇ ਹਾਂ ਤੇ ਤੁਹਾਡੀਆਂ ਸਮੱਸਿਆਵਾਂ ਦੀ ਅਸੀਂ ਹੱਲ ਕਰਦੇ ਹਾਂ ਅੱਜ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਵਿਸ਼ਾ ਹੈ ਜੋੜਾਂ ਦੀਆਂ ਤਕਲੀਫਾਂ ਜੋੜ ਸਦੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਨੇ ਉਹਨਾਂ ਦੀਆਂ ਕੀ ਕੀ ਤਕਲੀਫਾਂ ਹੋ ਸਕਦੀਆਂ ਨੇ ਜੋੜਾ ਦੀਆਂ ਤਕਲੀਫਾਂ ਕਿਉਂ ਹੁੰਦੀਆਂ ਨੇ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਅੱਜ ਦਾ ਵਿਸ਼ਾ ਤੁਸੀਂ ਨੋਟ ਕਰ ਲਓ ਉਹ ਹੈ ਜੋੜਾਂ ਦੀਆਂ ਤਕਲੀਫਾਂ ਤੁਸੀਂ ਆਪਣੇ ਸਵਾਲ ਕਰ ਸਕਦੇ ਹੋ ਸਵਾਲ ਕਰਨ ਲਈ ਸਾਡੇ ਫੋਨ ਨੰਬਰ ਹਾਲਾਂਕਿ ਤੁਹਾਨੂੰ ਚੰਗੀ ਤਰ੍ਹਾਂ ਯਾਦ ਨਹੀਂ ਪਰ ਮੈਂ ਫਿਰ ਵੀ ਦੁਹਰਾ ਦੇਣਾ ਚਾਹਾਂਗਾ ਸਾਡੇ ਨੰਬਰ ਨੇ 2814218 ਤੇ 2814264 ਤੇ ਜੇ ਤੁਸੀਂ ਜਲੰਧਰ ਦੇ ਬਰੋਂ ਗੱਲ ਕਰ ਰਹੇ ਹੋ ਤਾਂ ਸਾਡਾ ਏਰੀਆ ਕੋਡ 0181 ਲਗਾਉਣਾ ਨਾ ਭੁੱਲਣਾ ਤੁਹਾਡਾ ਬਹੁਤ ਬਹੁਤ ਪਿਆਰਪਰਿਆ ਨਿਗਾ ਸਵਾਗਤ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਪੰਜਾਬ ਦੇ ਬਹੁਤ ਮਸ਼ਹੂਰ ਡਾਕਟਰ ਸਾਡੇ ਦਾ ਇੱਕ ਮਾਹਿਰ ਸਾਡੇ ਨਾਲ ਨੇ ਉਹਨੇ ਡਾਕਟਰ ਮਨੀਸ਼ ਬਾਂਸਲ ਡਾਕਟਰ ਮਨੀਸ਼ ਬਾਂਸਲ ਐਮ ਸੀ ਐਚ ਔਰਥੋਨੇ ਡਾਕਟਰ ਸਾਹਿਬ ਨੂੰ ਅਸੀਂ ਖਾਸ ਤੌਰ ਤੇ ਸੱਦਾ ਦਿੱਤਾ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਸਟੂਡੀਓ ਦੇ ਵਿੱਚ ਥੈਂਕ ਯੂ ਵਿਪਲ ਜੀ ਨਕਸਬ ਗੱਲਬਾਤ ਸ਼ੁਰੂ ਕਰਦੇ ਹਾਂ ਜੋੜਾਂ ਜੋੜ ਬੜਾ ਮਹੱਤਵਪੂਰਨ ਅੰਗ ਹੈ ਜੀ ਸਾਡਾ ਤੁਰਨਾ ਫਿਰਨਾ ਖਾਣਾ ਪੀਣਾ ਸਭ ਕੁਝ ਜੋੜਾਂ ਤੇ ਡਿਪੈਂਡ ਹੈ ਗਲਬਤ ਕਰਾਂਗੇ ਕਿ ਜੋੜਨ ਦੀਆਂ ਤਕਲੀਫਾਂ ਡਾਕਟਰ ਸਾਹਿਬ ਕਿਹੜੀਆਂ-ਕਿਹੜੀਆਂ ਹੋ ਸਕਦੀਆਂ ਇਹ ਸਿੱਧਾ-ਸਿੱਧਾ ਪ੍ਰੋਗਰਾਮ ਹੈ ਲੋਕਾਂ ਨੂੰ ਆਮ ਪਾਸ਼ਾ ਚ ਸਮਝਾਓ ਕਿ ਜੋੜਨ ਦੀਆਂ ਆਮ ਤੌਰ ਤੇ ਕਿਹੜੀ-ਕਿਹੜੀ ਤਕਲੀਫਾਂ ਹੁੰਦੀਆਂ ਵਿਪুল ਜੀ ਜੇ ਆਪਾਂ ਜੋੜ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲੇ ਸਾਡੇ ਜਾਇੰਟਸ ਜਾਂ ਹੰਚ ਜਿਹੜੀ ਚੀਜ਼ ਆਂਦੀ ਹੈ ਉਹ ਆਰਥਰਾਇਟਿਸ ਜੀ ਜਿਹੜੇ ਕਿ ਅਗਰ ਆਮ ਪਾਸ਼ਾ ਚ ਕਹਾਂ ਕਿ ਜੋੜ ਦਾ ਸੋਜ ਸੋਜਣਾ ਜਾਂ ਜੋੜ ਦਾ ਕੱਸਣਾ ਜੋੜਾਂ ਦੀ ਸੋਜ ਸੋੜ ਜੀ ਜੀ ਆਰਥਰਾਈਟਿਸ ਦੇ ਕਈ ਸਾਰੇ ਕਾਰਨ ਨੇ ਅੱਜ ਕੱਲ ਹਰ ਘਰ ਚ ਆਰਥਰਾਈਟਿਸ ਦਾ ਕੋਈ ਪੇਸ਼ੈਂਟ ਹਰ ਘਰ ਚ ਪੇਸ਼ੈਂਟ ਹੈ ਸਪੈਸ਼ਲੀ ਜਦ ਉਮਰ ਵੱਧਦੀ ਹੈ 50 60 70 ਤੱਕ ਆਂਦੇ ਆਂਦੇ ਆਲਮੋਸਟ ਹਰ ਘਰ ਚ ਆਰਥਰਾਈਟਿਸ ਦਾ ਪੇਸ਼ੈਂਟ ਹੈ ਜੀ ਤੇ ਜੋੜਾਂ ਦੀ ਸੋਜਨ ਆਮ ਪਾਸ਼ਾ ਜੋੜਾਂ ਦੀ ਸੋਜਨ ਇਸ ਆਰਥਰਾਈਟਿਸ ਹੂੰ ਤੇ ਸਭ ਤੋਂ ਵੱਡਾ ਕਾਰਨ ਹੈ ਆਸਥਿਓ ਆਰਥਰਾਈਟਿਸ ਜਿਹੜਾ ਕਿ ਉਮਰ ਦੇ ਕਾਰਨ ਜੋੜ ਦਾ ਕਸਣਾ ਹੈ ਜੀ 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 ਉਹਦੇ ਬਾਅਦ ਕਈ ਤਰ੍ਹਾਂ ਦੇ ਗਠੀਆ ਨੇ ਜਿਦਾ ਕਿ ਰਿਊਮਟੋਇਡ ਆਰਥਰਾਈਟਿਸ ਹੂੰ ਗਾਉਟ ਹੂੰ ਜਾਂ ਕੈਲਸ਼ੀਅਮ ਡਿਪੋਜ਼ਿਟ ਡਿਜ਼ੀਜ਼ ਜਿੱਦ ਕੈਲਸ਼ੀਅਮ ਜੋੜਾਂ ਚ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ ਕੁਝ ਹੋਰ ਬਿਮਾਰੀਆਂ ਜਿਦਾ ਸੋਰਾਈਸਿਸ ਉੱਚ ਵੀ ਜੋੜ ਖਰਾਬ ਹੋ ਜਾਂਦੇ ਨੇ ਤੇ ਕਈ ਸੋਰਾਈਸਿਸ ਸਕਿਨ ਦੀ ਬਿਮਾਰੀ ਸਕਿਨ ਦੀ ਬਿਮਾਰੀ ਹੈ ਜਿੱਦ ਜੋੜ ਖਰਾਬ ਹੁੰਦੇ ਹੈ ਜੀ ਸਿਮਿਲਰਲੀ ਇੱਕ ਬਿਮਾਰੀ ਹੈ ਪੇਟ ਦੀ ਜਿਦਾ ਕਿ ਕ੍ਰੋਨਸ ਡਿਜ਼ੀਜ਼ ਹੈ ਅਲਸਰੇਟਿਵ ਕੋਲਾਈਟਿਸ ਹੈ ਉਨਾਂ 'ਚ ਵੀ ਜੋੜ ਖਰਾਬ ਹੋ ਜਾਂਦੇ ਨੇ ਜਿਹੜੇ ਪੇਟ ਦੇ ਵਿੱਚ ਅਲਸਰ ਹੋ ਜਾਂਦੇ ਆ ਅਲਸਰ ਹੋ ਜਾਂਦੇ ਖਾਸ ਤਰ੍ਹਾਂ ਦੀ ਬਿਮਾਰੀ ਹੈ ਅਲਸਰੇਟਿਵ ਕੋਲਾਈਟਿਸ ਜੀ ਏਦਾਂ ਦੇ ਮਰੀਜ਼ਾਂ ਦਾ ਵੀ ਜੋੜ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ ਜੀ 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 ਬਟ ਜੇ ਆਪਾਂ ਆਮ ਆਦਮੀ ਆਮ ਘਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਆਸਥੀਆਰਥਾਈਟਿਸ ਉਹੀ ਮੇਨ ਕਾਰਨ ਸਾਡੇ ਜੋੜ ਕਸਣ ਦਾ ਹੈ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਤੇ ਦੱਸੀ ਕਿ ਉਮਰ ਦੇ ਲਿਹਾਜ਼ ਨਾਲ ਜੋੜਾਂ ਦਾ ਜਕੜਨ ਸ਼ੁਰੂ ਹੋ ਜਾਂਦੀ ਹੈ ਇੱਕ ਤਾਂ ਇਹ ਕਾਰਨ ਹੋ ਗਿਆ ਅਸੀਂ ਦੇਖਦੇ ਹਾਂ ਛੋਟੇ-ਛੋਟੇ ਬੱਚਿਆਂ 'ਚ ਵੀ ਜੋੜਾਂ 'ਚ ਪ੍ਰੋਬਲਮਜ਼ ਆ ਰਹੀਆਂ ਜਾਂ ਵੱਡਿਆਂ 'ਚ ਵੀ ਮਤਲਬ ਮਿਡਲ-ਏਜ 'ਚ ਵੀ ਜੋੜਾਂ 'ਚ ਪ੍ਰੋਬਲਮ ਆ ਰਹੀ ਉਹਨਾਂ ਦੇ ਕੀ-ਕੀ ਕਾਰਨ ਹੋ ਸਕਦੇ ਆ ਉਹਨਾਂ ਦੇ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਆ ਕਿਉਂਕਿ ਜੋੜ ਵਿੱਚ ਮੇਨ 2 ਚੀਜ਼ਾਂ 3 ਚੀਜ਼ਾਂ ਹੁੰਦੀਆਂ ਜੀ ਇੱਕ ਜੋੜ ਦੋ ਹੱਡੀਆਂ ਦੇ ਮੇਲ ਜਿੱਥੇ ਦੋ ਹੱਡੀਆਂ ਆਪਸ ਵਿੱਚ ਮਿਲਦੀਆਂ ਉਹਨੂੰ ਜੋੜ ਕਹਿੰਦੇ ਆ ਜੀ ਬਿਲਕੁਲ ਜਿੱਥੇ ਵੀ ਹੱਡੀ ਆਪਸ ਮਿਲਦੀਆਂ ਨੇ ਉਦੇ ਉੱਪਰ ਇੱਕ ਛੱਲੀ ਹੈ ਜਿਹਨੂੰ ਆਪਾਂ ਕਾਰਟਲੇਜ ਕਹਿੰਦੇ ਕਹਿੰਦੇ ਆ ਕਾਰਟਲੇਜ ਦਾ ਕੰਮ ਹੈ ਕਿ ਹੱਡੀ ਨੂੰ ਸਮੂਥ ਬਣਾਉਣਾ ਤਾਂਕਿ ਜੋੜ ਦੀ ਮੂਵਮੈਂਟ ਸਮੂਥਲੀ ਹੋਏ ਬਿਲਕੁਲ ਠੀਕ ਜੇ ਕਾਰਟਲੇਜ ਨੂੰ ਸੱਟ ਲੱਗਦੀ ਹੈ ਜਾਂ ਇਸ ਕਾਰਟਲੇਜ ਵਿੱਚ ਸੋਚ ਪੈਂਦੀ ਹੈ ਤੇ ਇਹ ਸਭ ਤੋਂ ਵੱਡਾ ਕਾਰਨ ਹੈ ਜੋੜ ਦੀ ਪੇਨ ਦਾ ਸੋਚ ਦਾ ਜੋੜ ਦੇ ਤਕਲੀਫ ਦਾ ਜੀ ਉਹਦੇ ਇਲਾਵਾ ਹਰ ਜੋੜ ਵਿੱਚ ਵੱਖਰੀ ਵੱਖਰੀ ਚੀਜ਼ਾਂ ਨੇ ਜਿਹੜਾ ਕਿ ਇਹਦੇ ਵਿੱਚ ਕਾਰਨ ਹੋ ਸਕਦੀਆਂ ਨੇ ਜਿਦਾਂ ਕਿ ਗੋਡੇ ਵਿੱਚ ਦੋ ਵਾਸ਼ਰਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਟੈਕਨੀਕਲੀ ਅਪਰ ਮੈਨਿਸਕਸ ਬੋਲਦੇ ਆ ਆਮ ਪਾਸ਼ਾ ਵਿੱਚ ਬੋਲਦੇ ਹੁੰਦੇ ਆ ਕਿ ਗੱਦੀ ਹੈ ਜਿਹੜੀ ਸਾਨੂੰ ਤੁਰੰਤ ਹੈਲਪ ਕਰਦੀ ਹੈ ਕਿਸੇ ਕਿਸੇ ਮਰੀਜ਼ ਚ ਗੱਦੀ ਫੜ ਜਾਂਦੀ ਹੈ ਫਟ ਜਾਂਦੀ ਹੈ ਹਾਂਜੀ ਅੱਛਾ ਜੀ ਜਾਂ ਟੁੱਟ ਜਾਂਦੀ ਹੈ ਜਾਂ ਗੱਦੀ ਵੀ ਘਸ ਜਾਂਦੀ ਹੈ ਜੀ 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 ਉਹ ਵੀ ਇੱਕ ਕਾਰਨ ਹੋ ਸਕਦਾ ਹੈ ਸਪੈਸ਼ਲੀ ਅਗਰ ਪੇਸ਼ੈਂਟ ਦੀ ਉਮਰ ਘੱਟ ਹੈ ਜੀ ਐਕਟਿਵ ਪੇਸ਼ੈਂਟ ਹੈ 20-25 ਸਾਲ ਦਾ ਐਕਟਿਵ ਜਵਾਨ ਹੈ ਜਿਹੜਾ ਕਿ ਸਪੋਰਟਸ ਖੇਡਦਾ ਹੈ ਜੀ ਉਹ ਚ ਇਹ ਸੱਟ ਲੱਗਣ ਦਾ ਚਾਂਸ ਜ਼ਿਆਦਾ ਰਹਿੰਦਾ ਹੈ ਹਮ ਤੇ ਉਹ ਚ ਵੀ ਉਸ ਪੇਸ਼ੈਂਟ ਚ ਆਰਥਰਾਈਟਿਸ ਕਾਰਨ ਨਹੀਂ ਹੈ ਤੇ ਕਾਰਨ ਹੋਰ ਚੀਜ਼ਾਂ ਨੇ ਜੀ ਜੀ ਤੇ ਹਰ ਜੋੜ 'ਚ ਕੁਝ ਕੁਝ ਸਪੈਸ਼ਲ ਚੀਜ਼ਾਂ ਨੇ ਜਿਹੜੀ ਕਿ ਖਰਾਬ ਹੋ ਸਕਦੀਆਂ ਨੇ ਟੁੱਟ ਸਕਦੀਆਂ ਨੇ ਜਿਹੜਾ ਕਿ ਦਰਦ ਦਾ ਸਬਬ ਹੋ ਸਕਦੀਆਂ ਨੇ ਨਿਰਦਰਦ ਕਰਨ ਬਣ ਸਕਦਾ ਜੀ ਡਾਕਟਰ ਤੁਸੀਂ ਇੱਕ ਸਪੈਸ਼ਲਿਸਟ ਆਰਥਰੋਸਕੋਪੀ ਦੇ ਉਹ ਕੀ ਹੁੰਦੀ ਹੈ ਆਰਥਰੋਸਕੋਪੀ ਸਾਨੂੰ ਜਰਾ ਵਿਸਤਾਰ ਦੱਸੋ ਕਿਉਂਕਿ ਸਾਡੇ ਦਰਸ਼ਕਾਂ ਵਾਸਤੇ ਇਹ ਕੋਈ ਨਵੀਂ ਚੀਜ਼ ਹੋ ਸਕਦੀ ਹੈ ਜੀ ਅੱਜ ਤੋਂ 20 ਸਾਲ ਪਹਿਲੇ ਜਦ ਆਪਾਂ ਪਿੱਤੇ ਦੇ ऑपरेशन करते थे सी तो बड़ा चीरा देके फेयर पित्ता काटते सी होली होली और लैप्रोस्कोपी शुरू हो गई जेच दूरबीन ਨਾਲ ਆਪਾਂ ਪਿੱਤੇ ਦਾ ਆਪਰੇਸ਼ਨ ਕਰਦੇ ਹਾਂ ਹੁਣ ਅੱਜਕਲ ਜੇ ਛੋਟੇ ਛੋਟੇ ਬਾਰੀਕ ਚ ਦੋ ਜਾਂ ਤਿੰਨ ਕੱਟ ਲੱਗਦੇ ਆ ਜੀ ਬਿਲਕੁਲ ਏਸੀ ਚੀਜ਼ ਨੂੰ ਆਪਾਂ ਹੱਡੀਆਂ ਚ ਲੈ ਗਏ ਜੋੜਾਂ ਚ ਲੈ ਗਏ ਤਾਂ ਉਹਨੂੰ ਆਰਥੋਸਕੋਪੀ ਬੋਲਦੇ ਆਂ ਜੇਚ ਵਿੱਚ ਛੋਟੀ ਪਤਲੀ ਜੀ ਦੂਰਬਿਨ ਜੇਦਾ ਕੀ ਡਾਇਮੀਟਰ 4 ਮਿਲੀਮੀਟਰ ਯਾਨੀ ਮੇਰੀ ਉਂਗਲੀ ਤੋਂ ਵੀ ਪਤਲੀ ਦੂਰਬਿਨ ਜੋੜ ਦੇ ਅੰਦਰ ਜਾਂਦੀ ਏ 4 ਮਿਲੀਮੀਟਰ ਮਤਲਬ ਯਾਨੀ ਅੱਧਾ ਸੈਂਟੀਮੀਟਰ ਵੀ ਨਹੀਂ ਹੋਇਆ ਜੀ ਤੇ ਇੰਨੇ ਬਾਰੀਕ ਚ ਦੋ ਜਾਂ ਤਿੰਨ ਕੱਟ ਲੱਗ ਜੋੜ ਦੇ ਅੰਦਰ ਦੂਰਬੀਨ ਪਾਉਂਦੇ ਆਂ ਜੋੜ ਦੀ ਅੱਛੀ ਤਰ੍ਹਾਂ ਆਪਾਂ ਜਾਂਚ ਪਰਖ ਕਰਦੇ ਆਂ ਕਿ ਜੋੜ ਵਿੱਚ ਕੀ ਖਰਾਬੀ ਹੈ ਤੇ ਉਹਨਾਂ ਚੋਂ ਕਾਫੀ ਸਾਰੀਆਂ ਖਰਾਬੀਆਂ ਆਪਾਂ ਦੂਰਬੀਨ ਨਾਲ ਹੀ ਠੀਕ ਕਰ ਸਕਦੇ ਆਂ ਤੇ ਇਸ ਆਪਰੇਸ਼ਨ ਦਾ ਫਾਇਦਾ ਹੈ ਕਿ ਚੀਰ ਫਾੜ ਬਹੁਤ ਘੱਟ ਹੁੰਦੀ ਹੈ ਤੇ ਰਿਕਵਰੀ ਬਹੁਤ ਫਾਸਟ ਹੈ ਜੀ ਇਹ ਰਿਲੇਟਿਵਲੀ ਹਜੇ ਨਵੀਂ ਤਕਨੀਕ ਹੈ ਪੂਰੀ ਦੁਨੀਆ 'ਚ ਇਹ ਫੇਮਸ ਹੋਈ 1990 ਦੇ ਆਸ-ਪਾਸ ਤੇ ਇੰਡੀਆ ਵਿੱਚ ਇਹ ਫੇਮਸ ਹੋਈ ਹੈ ਪਿਛਲੇ 10-15 ਸਾਲਾਂ 'ਚ ਅੱਛਾ ਜੀ ਤੇ ਹਜੇ ਬਹੁਤ ਸਾਰੇ ਡਾਕਟਰ ਇਸ ਚੀਜ਼ ਦੇ ਸਪੈਸ਼ਲਾਈਜ਼ ਅਜੇ ਸਾਡੇ ਦੇਸ਼ ਨਹੀਂ ਹੈ ਹੂੰ ਡਾਕਟਰ ਇਹ ਸਾਡੇ ਕੋਲ ਦੋ ਮਾਡਲ ਪਏ ਇੱਕ ਮਿਰਖਲ ਗੋਡੇ ਦਾ ਤੇ ਇੱਕ ਮੋਡੇ ਦਾ ਹੈ ਨਾ ਇਹਦੇ ਤੁਹਾਨੂੰ ਥੋੜਾ ਜਿਹਾ ਵਿਸਤਾਰ ਸਾਨੂੰ ਦੱਸੋ ਵੀ ਗੋਡੇ ਦੇ ਮਾਡਲ ਦੀ ਵਰਕਿੰਗ ਕੀ ਹੈ ਤੇ ਕਿਸ ਤਰ੍ਹਾਂ ਖਰਾਬੀਆਂ ਹੁੰਦੀਆਂ ਤੇ ਇਹਨਾਂ ਦਾ ਆਪਾਂ ਕੀ ਕਰ ਸਕਦੇ ਹਾਂ ਗੋਡਾ ਕਿਸੇ ਵੀ ਜੋੜ ਦੀ ਤਰ੍ਹਾਂ ਦੋ ਹੱਡੀਆਂ ਦਾ ਬਣਿਆ ਹੈ ਉੱਪਰਲੀ ਠਾਈ ਦੀ ਪੱਟ ਦੀ ਹੱਡੀ ਤੇ ਨੀਚੇ ਪੈਰ ਦੀ ਹੱਡੀ ਉਹਦੇ ਇਲਾਵਾ ਇਹ ਖੱਡੀ ਇਹ ਛੋਰ ਹੁੰਦੀ ਹੈ ਜਿਹਨੂੰ ਆਪਾਂ ਚਪਨੀ ਕਹਿੰਦੇ ਜੀ ਬਿਲਕੁਲ ਜਿੱਦਾਂ ਮੈਂ ਕਿਹਾ ਕਿ ਜੋੜ ਚ ਹੱਡੀ ਦੇ ਉੱਪਰ ਕਵਰ ਹੁੰਦਾ ਜਿਹਨੂੰ ਕਾਰਟਲੇਜ ਕਹਿੰਦੇ ਆ ਜੀ ਜਦੋਂ ਇਹ ਕਾਰਟਲੇਜ ਖਰਾਬ ਹੋਣਾ ਸ਼ੁਰੂ ਹੋ ਜਾਏ ਸੱਟ ਕਰਕੇ ਜਾਂ ਉਮਰ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਉਹਨੂੰ ਆਪਾ ਆਰਥਰਾਈਟਿਸ ਕਹਿੰਦੇ ਆ ਜੀ ਦੋ ਚੀਜ਼ਾਂ ਮੈਂ ਜਿਹੜੀ ਡਿਸਕਸ ਕੀਤੀ ਸੀ ਕਿ ਵਾਸ਼ਰਾਂ ਦੋ ਵਾਸ਼ਰਾਂ ਯਾਨੀ ਮੈਨਿਸਕਸ ਜਿਹੜੀ ਕਿ ਗੱਦੀ ਦਾ ਕੰਮ ਕਰਦੀਆਂ 쿠ਸ਼ਨ ਦਾ ਕੰਮ ਕਰਦੀਆਂ ਇਹ ਫਟ ਸਕਦੀਆਂ ਜੀ ਇਹਦੇ ਕਰਕੇ ਪੇਸ਼ੈਂਟ ਕਹ ਸਕਦਾ ਕਿ ਮੇਰੇ ਗੋਡੇ ਕੁਝ ਫਸਦਾ ਹੈ ਮੈਨੂੰ ਲੱਗਦਾ ਹੈ ਗੋਡੇ ਅੜਦਾ ਪਿਆ ਹੈ ਜੀ ਜੀ ਗੋਡਾ ਲੋਕ ਹੋ ਸਕਦਾ ਹੈ ਜੀ ਗੋਡੇ ਚ ਸੋਚ ਪੈ ਸਕਦੀ ਹੈ ਜਾਂ ਗੋਡਾ ਪੇਨਫੁਲ ਹੋ ਸਕਦਾ ਹੈ ਜੀ 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 ਇਹਦੇ ਇਲਾਵਾ ਚਾਰ ਲਿਗਾਮੈਂਟ ਹੁੰਦੇ ਨੇ ਚਾਰ ਧਾਗੇ ਹੁੰਦੇ ਨੇ ਜਿਹੜੇ ਇਸ ਹੱਡੀ ਨੂੰ ਇਸ ਹੱਡੀ ਨਾਲ ਫੜ ਕੇ ਰੱਖਦੇ ਨੇ ਜਿਨ੍ਹਾਂ ਨੂੰ ਟੈਕਨੀਕਲੀ ਆਪਾਂ ਲਿਗਾਮੈਂਟ ਬੋਲਦੇ ਆਂ ਆਮ ਪਾਸ਼ਾ ਚ ਇਹਨੂੰ ਲਗਾਮ ਜਾਂ ਧਾਗੇ ਕਹਿ ਦਿੰਦੇ ਆ ਕਿ ਧਾਗਾ ਟੁੱਟ ਗਿਆ ਜੀ ਜਿਹਨੂੰ ਜਨ ਮਾਸ ਫਟ ਗਿਆ ਵੀ ਕਹਿ ਦਿੰਦੇ ਆ ਜੀ ਮਾਸ ਫਟ ਗਿਆ ਜਿਆਦਾ ਮਸਲ ਲਈ ਯੂਸ ਹੁੰਦਾ ਮਾਸਪੇਸ਼ੀ ਫਟ ਗਈ ਹੈ ਜੀ 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 ਲੇਕਿਨ ਇਹਦੇ ਲਈ ਸਪੈਸੀਫਿਕਲੀ ਪਿੰਡਾਂ ਚ ਵੀ ਟਰਮ ਯੂਜ਼ ਹੁੰਦੀ ਹੈ ਕਿ ਧਾਗਾ ਟੁੱਟ ਗਿਆ ਜੀ ਗੋਡੇ ਦਾ ਧਾਗਾ ਟੁੱਟ ਗਿਆ ਜੀ 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 ਚਾਰ ਧਾਗੇ ਹੁੰਦੇ ਨੇ ਇੱਕ ਅੰਦਰਲੇ ਬੰਨੇ ਇੱਕ ਗੋਡੇ ਦੇ ਬਾਹਰਲੇ ਬੰਨੇ ਇੱਕ ਗੋਡੇ ਦੇ ਪਿਛਲੇ ਬੰਨੇ ਤੇ ਇੱਕ ਗੋਡੇ ਦੇ ਅਗਲੇ ਬੰਨੇ ਜੀ ਜੀ ਤੇ ਸਭ ਤੋਂ ਕਾਮਨਲੀ ਅਗਲਾ ਲਿਗਾਮੈਂਟ ਜਿਹਨੂੰ ਆਪਾਂ ਇੰਟੀਰੀਅਰ ਕ੍ਰੁਸ਼ੀਏਟ ਲਿਗਾਮੈਂਟ ACL ਬੋਲਦੇ ਨੇ ਇਹ ਧਾਗਾ ਆਮ ਤੌਰ ਤੇ ਟੁੱਟ ਜਾਂਦਾ ਹੈ ਜੀ ਇਹਦੇ ਕਰਕੇ ਗੋਡੇ ਚ ਲਚਕ ਆਨ ਦਾ ਖਤਰਾ ਰਹਿੰਦਾ ਹੈ ਪੇਸ਼ੈਂਟ ਕਹਿੰਦਾ ਵੀ ਮੇਰਾ ਗੋਡਾ ਨਿਕਲ ਜਾਊਗਾ ਜਾਂ ਮੇਰਾ ਗੋਡਾ ਮਿਸ ਮਾਰਦਾ ਮੈਨੂੰ ਲੱਗਦਾ ਮੈਂ ਡਿੱਗ ਜਾਗਾ ਮੈਨੂੰ ਆਪਣੇ ਗੋਡੇ ਤੇ ਵਿਸ਼ਵਾਸ ਨਹੀਂ ਹੈ ਇਹ ਤਾਂ ਅਗੇ ਟੁੱਟਣ ਦਾ ਕਾਰਨ ਕੀ ਹੁੰਦਾ ਲੱਗਦਾ ਜਨਰਲੀ ਸੱਟ ਲੱਗਣਾ ਜਦੋਂ ਮੁੰਡਿਆਂ ਚ ਸਪੋਰਟ ਇੰਜਰੀ ਹੁੰਦੀ ਹੈ ਖੇਡਦੇ ਹੋਏ ਸੱਟ ਲੱਗ ਗਈ ক্রিকেট ਖੇਡਦੇ ਹੋਏ ਪੈਰ ਫਸ ਗਿਆ ਜਾਂ ਫੁੱਟਬਾਲ ਖੇਡਦੇ ਹੋਏ ਕਿੱਕ ਮਾਰੀ ਬਾਲ ਨਿਕਲ ਗਈ ਹਵਾ ਚ ਕਿੱਕ ਲੱਗੀ ਗੋਡਾ ਘੁੰਮ ਗਿਆ ਟਵਿਸਟ ਕਰ ਗਿਆ ਟਵਿਸਟ ਕਰ ਗਿਆ ਜਦ ਗੋਡਾ ਟਵਿਸਟ ਕਰੂਗਾ ਤਾਂ ਲਿਗਮੈਂਟ ਟੁੱਟੂਗਾ ਜੀ ਕੁੜੀਆਂ ਚ ਆਮ ਤੌਰ ਤੇ ਦੇਖਿਆ ਗਿਆ ਇਹ ਐਕਟਿਵਾ ਜਾਂ ਸਕੂਟਰ ਤੋਂ ਸੱਟ ਲੱਗਦੀ ਹੈ ਹੂੰ ਗ੍ਰਹਿਣੀਆਂ ਚ ਘਰ ਦੀ ਲੇਡੀਜ਼ ਚ ਪੈਰ ਫਿਸਲ ਗਿਆ ਜੀ ਪਾਣੀ ਸੀਗਾ ਮੇਰਾ ਪੈਰ ਤਲਕ ਗਿਆ ਗੋਡਾ ਮੁੜ ਗਿਆ ਹਾਂ ਕਈ ਵਾਰੀ ਪੋਚਾ ਲਗਾਉਂਦੇ ਲਗਾਉਂਦੇ ਮੁੜ ਜਾਂਦਾ ਜੀ ਤੇ ਇਹ ਕਾਮਨ ਕਾਰਨ ਨੇ ਜਿਹਦੇ ਕਰਕੇ ਲਿਗਾਮੈਂਟ ਟੁੱਟ ਜਾਂਦਾ ਜੀ ਡਾਕਟਰ ਵੀ ਟੁੱਟ ਗਿਆ ਤੇ ਫਿਰ ਜੁੜੇਗਾ ਕਿਵੇਂ ਹਰ ਲਿਗਾਮੈਂਟ ਦਾ ਆਪਣਾ ਅਲੱਗ ਬਿਹੇਵੀਅਰ ਹੈ ਕੁਝ ਲਿਗਮੈਂਟ ਆਪਣੇ ਆਪ ਜੁੜ ਜਾਂਦੇ ਨੇ ਨਕਸਬ ਲਿਗਮੈਂਟ ਕਿਵੇਂ ਜੁੜੇਗਾ ਇਹ ਗੱਲ ਆਪਾਂ ਡਿਸਕਸ ਕਰਾਂਗੇ ਇੱਕ ਦਰਸ਼ਕ ਸਾਡੇ ਵਿੜੇ ਵਿੱਚ ਆਵਾਜ਼ ਦੇ ਰਹੇ ਨੇ ਹੈਲੋ ਖੱਬੇ ਬਾਝ ਜੀ ਮੋਢਾ ਜੀ ਖੱਬੀਓ ਡਾਕਟਰ ਮੇਰੀ ਖੇਤੋਲ ਇਸ ਪੂਰੀ ਸਾਈਡੇ ਦਰਦ ਕਰਦੀ ਰਹਿੰਦੀ ਹੈ ਜੀ ਇਹ ਖੱਬੀ ਲੱਤ ਪੂਰੀ ਦਾ ਦਰਦ ਕਰਦੀ ਹੈ ਤੇ ਖੱਬਾ ਮੋਢਾ ਦਰਦ ਕਰਦਾ ਹੈ ਹਾਂਜੀ ਅੱਛਾ ਜੀ ਡਾਕਟਰ ਸਭ ਕੁਝ ਪੁੱਛਣਾ ਚਾਹੋਗੇ ਤੁਹਾਡੀ ਉਮਰ ਕਿੰਨੀ ਹੈ ਜੀ 50 ਸਾਲ ਆਹੀ 50 ਸਾਲ ਤੇ ਕੋਈ ਹੋਰ ਮੈਡੀਕਲ ਪ੍ਰੋਬਲਮ ਤੁਹਾਨੂੰ ਨਹੀਂ ਜੀ ਹੋਰ ਤਾਂ ਕੋਈ ਨਹੀਂ ਠੀਕ ਹੈ ਜੀ ਸਿਰਫ ਦਰਦ ਰਹਿੰਦਾ ਕਿ ਕਮਜ਼ੋਰੀ ਵੀ ਹੈ ਉਸ ਸਾਈਡ ਤੇ ਜੀ ਨਹੀਂ ਦਰਦ ਰਹਦਾ ਹੈ ਜੀ ਦਰਦ ਰਹਿੰਦਾ ਕਿਸੇ ਖਾਸ ਪੁਆਇੰਟ ਤੇ ਕਿ ਪੂਰੇ ਪੂਰੀ ਸਾਈਡ ਤੇ ਜੀ ਪੂਰੀ ਸਾਈਡ ਤੇ ਰਹਿੰਦਾ ਜੀ ਪੈਰ ਤੋਂ ਲੈ ਕੇ ਅੱਛਾ ਜੀ ਪੂਰੀ ਲੱਤ ਦੁਖਦੀ ਹੈ ਤੇ ਤੁਸੀਂ ਪੂਰੀ ਲੱਤ ਤੇ ਪੂਰੀ ਬਾਹਂ ਜੀ ਪੂਰਾ ਮੋਢਾ ਤੁਸੀਂ ਇਹਦੇ ਕੋਈ ਟੈਸਟ ਕਰਾਏ ਨੇ ਕੋਈ ਜਾਂਚਾਂ ਕਰਾਈ ਨੇ ਕੋਈ ਖੂਨ ਦੀ ਜਾਂਚ ਹੈ ਕੋਈ ਐਕਸ-ਰੇ ਐਮ ਆਰ ਆਈ ਵਗੈਰਾ ਕੁਝ ਕਰਾਇਆ ਹੈ ਹਾਂਜੀ ਕਰਾਈ ਦੀ ਗਈ ਉਹਨਾਂ ਕੀਤਾ ਕੁਝ ਨਹੀਂ ਆਇਆ ਠੀਕ ਹੈ ਨਿਰਪੋਟਾਈ ਅੰਡਰ ਕਰ ਸਰਬ ਕਹਿੰਦੇ ਠੀਕ ਹੈ ਜੀ ਅ ਤੁਹਾਡੀ ਕੁਝ ਮੇਰੇ ਸਾਹਮਣੇ ਨਾਲ ਕੁਝ ਜਨਰਲ ਜਾਂਚਾਂ ਇਸ ਉਮਰ ਚ ਹੋਣੀ ਚਾਹੀਦੀਆਂ ਜਿਹੜੇ ਆਮ ਕਾਰਨ ਨੇ ਸਰੀਰ ਦੇ ਇਦਾਂ ਦੇ ਦਰਦਾਂ ਚ ਇੱਕ ਬਹੁਤ ਵੱਡਾ ਕਾਰਨ ਹੈ 슈ਗਰ ਜੀ ਜਿਹੜੇ ਕਿ ਆਪਾਂ ਡਾਇਗਨੋਸ ਬਹੁਤ ਦੇਰ ਨਾਲ ਕਰਦੇ ਹਾਂ ਪੇਸ਼ੈਂਟ ਨੂੰ ਪਤਾ ਨਹੀਂ ਲੱਗਦਾ ਕਿ 슈ਗਰ ਹੈ ਤੇ 슈ਗਰ ਇੱਕ ਬਹੁਤ ਵੱਡਾ ਕਾਰਨ ਹੈ ਹਾਫ ਬੋਡੀ ਅਗਰ ਤੁਸੀਂ ਕਹਿ ਰਹੇ ਹੋ ਦਰਦ ਹੋ ਰਿਹਾ ਤਾਂ ਇੱਕ ਮੇਰੇ ਦਿਮਾਗ ਸਭ ਪਹਿਲੀ ਚੀਜ਼ ਹੋਈ ਜਾਂਦੀ ਹੈ ਕਿ ਬਾਕੀ ਚੀਜ਼ਾਂ ਜਿਹੜੀ ਸਿਸਟਮਿਕ ਚੀਜ਼ਾਂ ਨੇ ਜਿਦਾਂ 슈ਗਰ ਹੈ, ਬੀਪੀ ਹੈ, ਇਹ ਚੀਜ਼ਾਂ ਆਪਾਂ ਰੂਲ ਆਊਟ ਕਰ ਲਈਏ ਕਿ ਇਹਨਾਂ ਦੇ ਕਾਰਨ ਦਿੱਕਤ ਤਾਂ ਨਹੀਂ। ਮਤਲਬ ਇਹਨਾਂ ਨੂੰ ਇਨਵੈਸਟੀਗੇਸ਼ਨਸ ਕਰवानी ਚਾਹੀਦੀਆਂ ਫੇਰ ਹੀ ਜਾ ਕੇ ਸਮਝ ਆਏਗੀ। ਫੇਰ ਜਾ ਕੇ ਅਗਰ ਇਹ ਸਾਰੇ ਆਪਾਂ ਜਨਰਲ ਕਾਰਨ ਰੂਲ ਆਊਟ ਕਰ ਲੈਂਦੇ ਆ ਤਾਂ ਫੇਰ ਆਪਾਂ ਹੱਡੀਆਂ ਦੇ ਤੇ ਜੋੜਾਂ ਦੇ ਕਰਨਾਂ ਤੇ ਆ ਸਕਦੇ ਨੇ। ਉਹ ਇਹਨਾਂ ਦੇ ਜੋੜ ਚੈੱਕ ਕਰਕੇ, ਜਾਂਚ ਕਰਕੇ ਪਤਾ ਲੱਗ ਸਕਦਾ ਹੈ ਕਿ ਕਿਹੜਾ ਜੋੜ ਆਰਥਰਾਈਟਿਸ ਕਰਕੇ ਉਹਨਾਂ ਨੂੰ ਤੰਗ ਕਰ ਰਿਹਾ ਹੈ ਜਾਂ ਕੋਈ ਅਗੇਨ ਕੋਈ ਹੋਰ ਬਿਮਾਰੀ ਹੈ ਜਿਦਾਂ ਮੈਂ ਕਿਹਾ ਸੋਰਾਈਸਿਸ ਹੈ ਜਿਹਦੇ ਜੋੜ ਇਫੈਕਟ ਹੁੰਦੇ ਗਠਿਆਚ ਵੀ ਮਲਟੀਪਲ ਜੋੜ ਪੇਸ਼ੈਂਟ ਤੇ ਅਫੈਕਟ ਹੋ ਸਕਦੇ ਨੇ ਇਹ ਚੀਜ਼ਾਂ ਜਾਂਚ ਕਰਕੇ ਕਲੀਨਿਕ ਵਿੱਚ ਦੇਖ ਕੇ ਪੇਸ਼ੈਂਟ ਨੂੰ ਤੇ ਕੁਝ ਬਲੱਡ ਟੈਸਟ ਕਰਾ ਕੇ ਹੀ ਆਪਾਂ ਰੂਲ ਆਊਟ ਕਰ ਸਕਦੇ ਹਾਂ ਮਤਲਬ ਵਰਿੰਦਰ ਜੀ ਨੂੰ ਇਨਵੈਸਟੀਗੇਸ਼ਨਸ ਦੇ ਜ਼ਿਆਦਾ ਲੋੜ ਹੈ ਫਿਰ ਸਮਝ ਆਏਗੀ ਵੀ ਕੀ ਕਰਨਾ ਫਿਰ ਉਹਦਾ ਹੱਲ ਦੱਸਿਆ ਜਾਏਗਾ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਸੀ ਲਿਗਾਮੈਂਟ ਕਿਸ ਤਰ੍ਹਾਂ ਜੁੜਦੇ ਆ ਹਰ ਲਿਗਾਮੈਂਟ ਆਪਣਾ ਦਾ ਬਿਹੇਵੀਅਰ ਵੱਖਰਾ ਹੈ ਕੁਝ ਲਿਗਾਮੈਂਟ ਜਿੱਦਾਂ ਕਿ ਇਹ ਅੰਦਰਲਾ ਲਿਗਾਮੈਂਟ ਹੈ ਅਗਰ ਇਹ ਉੱਪਰਲੀ ਹੱਡੀ ਦੇ ਨੇੜੇ ਫਟਦਾ ਹੈ ਤੇ ਇਹਦੇ ਆਪਣੇ ਆਪ ਜੁੜਨ ਦਾ ਚਾਂਸ ਬਹੁਤ ਜ਼ਿਆਦਾ ਹੈ ਪੋਸਪੇਸ਼ੈਂਟ ਨੂੰ ਅਗਰ ਆਪਾਂ 6 ਹਫ਼ਤੇ ਤੱਕ ਪਲਸਟਰ ਲਾ ਦਾਂਗੇ ਤੇ ਉਹ ਇਹ ਲਿਗਾਮੈਂਟ ਜੁੜ ਜਾਊਗਾ ਬਟ ਅਗਰ ਇਹ ਲਿਗਾਮੈਂਟ ਨਿਚੋਂ ਟੁੱਟਿਆ ਹੈ ਫਿਰ ਇਹਦੇ ਜੁੜਨ ਦਾ ਚਾਂਸ ਬਹੁਤ ਘੱਟ ਹੈ ਫਿਰ ਇਹਨੂੰ ਆਪਰੇਸ਼ਨ ਦੀ ਲੋੜ ਹੈ ਅੱਛਾ ਡਾਕਟਰ ਸਰ ਲੋਕ ਸੇਕਾ ਸੁੱਕਾ ਕਰਦੇ ਹੈ ਹੀਟ ਦਿੰਦੇ ਹੈ ਉਹਦੇ ਨਾਲ ਕੋਈ ਫਰਕ ਪੈਂਦਾ ਲਿਗਾਮੈਂਟ ਦੇ ਜੁੜਨ ਦਾ ਚਾਂਸ ਸੇਕੇ ਨਾਲ ਨਹੀਂ ਫਰਕ ਪੈਂਦਾ ਮਸਲ 'ਚ ਅਗਰ ਤੁਹਾਡਾ ਮਾਸਪੇਸ਼ੀ ਫੱਟੀ ਹੈ ਮਾਸ ਫੱਟਿਆ ਹੈ ਉਹ 'ਚ ਬਲੀਡਿੰਗ ਹੋਈ ਹੈ ਖੂਨ ਇਕੱਠਾ ਹੋ ਗਿਆ ਹੈ ਉਹ 'ਚ ਸੋਜ ਹੈ ਉਹਦੇ ਵਿੱਚ ਤੁਹਾਡਾ ਆਈਸ ਬਰਫ਼ ਦੀ ਟਕੋਰ ਕਰਨ ਦਾ ਫਾਇਦਾ ਹੁੰਦਾ ਕਿਉਂਕਿ ਉਹ ਬਲੀਡਿੰਗ ਨੂੰ ਇੱਕ ਵਾਰ ਰੋਕ ਦਿੰਦਾ ਹੈ ਕਟਾ ਦਿੰਦਾ ਹੈ ਤੇ ਜਿਹੜੀ ਸੋਚ ਹੈ ਉਹਨੂੰ ਕਟਾ ਦਿੰਦਾ ਆਮ ਤੌਰ ਤੇ ਜਿਹੜੀ ਤੁਸੀਂ ਟਕੋਰ ਦੱਸਦੇ ਹੋ ਬਰਫ਼ ਵਾਲੀ ਦੱਸ ਰਹੇ ਹੋ ਜੇ ਕਈ ਲੋਕ ਗਰਮ ਨਲ ਟਕੋਰ ਕਰਦੇ ਉਹ ਸਾਨੂੰ ਤਾਂ ਪਤਾ ਹੀ ਨਹੀਂ ਅੰਦਰ ਅੰਦਰ ਬਲੀਡਿੰਗ ਹੋਈ ਹੈ ਨਹੀਂ ਹੋਈ ਸਰ ਜੀ ਕੀ ਟਕੋਰ ਫਾਇਦੇਮੰਦ ਹੁੰਦੀ ਹੈ ਜੋੜਾਂ ਵਿੱਚ ਡਾਕਟਰ ਵਿਪਲ ਜੇ ਆਪਾਂ ਤਾਜ਼ੀ ਸੱਟ ਹੈ ਜੀ ਸਿਗਨੀਫੀਕੈਂਟ ਕਾਫੀ ਜ਼ੋਰ ਨਾਲ ਸੱਟ ਲੱਗੀ ਹੈ ਤੇ ਥੋੜੀ ਬਹੁਤ ਬਲੀਡਿੰਗ ਅੰਦਰ ਹੋਏਗੀ ਹੋਈ ਹੋਏਗੀ ਜੀ ਉਹਨੂੰ ਰੋਕਣ ਲਈ ਸਭ ਤੋਂ ਬੈਸਟ ਟ੍ਰੀਟਮੈਂਟ ਹੈ ਆਈਸ ਪਹਿਲੇ 48 ਘੰਟੇ 10 ਤੋਂ 4 ਦਿਨ ਹਮਮ ਗਰਮ ਪਾਣੀ ਦੀ ਟਕੋਰ ਗਰਮੀ ਦੀ ਟਕੋਰ ਨਹੀਂ ਕਰਨੀ ਹੈ ਪਹਿਲੇ 3-4 ਦਿਨ ਨਹੀਂ ਕਰਨੀ ਜੀ ਫਰੈਸ਼ ਇੰਜਰੀ ਜੇ ਛੱਟ ਲੱਗੀ ਹੈ ਜੀ ਜੀ ਫਿਰ ਗਰਮ ਪਾਣੀ ਦੀ ਟਕੋਰ ਨਾਲ ਤੁਸੀਂ ਅੰਦਰ ਦੀ ਬਲੀਡਿੰਗ ਵਧਾ ਦੋਗੇ ਓਕੇ ਜੀ ਤਾਜ਼ੀ ਛੱਟ ਵਿੱਚ ਹਮੇਸ਼ਾ ਆਪਾਂ ਚਾਰ ਚੀਜ਼ਾਂ ਪੰਜ ਚੀਜ਼ਾਂ ਫੋਲੋ ਕਰਦੇ ਹਾਂ ਜਿਹਨੂੰ ਆਪਾਂ ਕਹਿੰਦੇ ਆ ਪੀ ਆਰ ਆਈ ਸੀ ਈ ਬੜੀ ਜ਼ਰੂਰੀ ਗੱਲ ਹੈ ਮਤਲਬ ਤਾਜੀ ਛੱਟ ਜੇ ਕਿਸੇ ਜੋੜ ਤੇ ਵਜਦੀ ਹੈ ਇਹ ਮਸਲਸ ਤੇ ਵਜਦੀ ਹੈ ਤਾਂ ਕੀ ਕੀ ਗੱਲ ਦਾ ਧਿਆਨ ਪ੍ਰਾਈਸ ਪੀ ਪ੍ਰੋਟੈਕਸ਼ਨ ਮਤਲਬ ਆਪਾਂ ਉਸ ਜੋੜ ਨੂੰ ਉਸ ਮਾਸ ਨੂੰ ਉਸ ਜੋੜ ਹੱਡੀ ਨੂੰ ਬਚਾਣਾ ਹੈ ਤਾਂ ਕਿ ਹੋਰ ਸੱਟ ਨਾ ਲੱਗੇ ਜੀ ਤੇ ਪਹਿਲਾ ਹੈ ਪ੍ਰੋਟੈਕਸ਼ਨ ਆਰ ਰੈਸਟ ਉਹਨੂੰ ਆਰਾਮ ਦੇਣਾ ਹੈ ਆਪਾਂ ਕਦੇ ਵੀ ਤਾਜੀ ਸੱਟ ਚ ਐਕਸਰਸਾਈਜ਼ ਨਹੀਂ ਕਰਨੀ ਹੈ ਆਪਾਂ ਸਰੀਰ ਦੇ ਉਸ ਭਾਗ ਨੂੰ ਰੈਸਟ ਦੇਣੀ ਹੈ ਤਾਂ ਕਿ ਆਪਾਂ ਸੱਟ ਨੂੰ ਵਧਾਈਏ ਨਾ ਜੀ ਤੇ 3 ਇਸੇ ਨੰਬਰ ਤੇ ਆ ਗਈ ਆਈ ਪੀ ਆਰ ਆਈ ਆਈ ਮੀਨਸ ਆਈਸ ਉੱਤੇ ਬਰਬ ਦੀ ਟਕੋਰ ਕਰਨੀ ਹੈ ਜੀ ਸੀ ਮਤਲਬ ਕੰਪਰੈਸ਼ਨ ਉੱਤੇ ਗਰਮ ਪੱਟੀ ਬੰਨ੍ਹਦੀ ਹੈ ਤਾਂ ਕਿ ਅਗੇਨ ਸੋਜ ਨਾ ਪਏ ਬਲੀਡਿੰਗ ਆਪਾਂ ਘਟਾ ਦਈਏ ਹੂੰ ਬਹੁਤ ਟਾਈਟ ਗਰਮ ਪੱਟੀ ਨਹੀਂ ਬੰਨ੍ਹਨੀ ਕਿ ਆਪਾਂ ਖੂਨ ਦਾ ਦੌਰਾ ਰੁਕ ਜਾਏ ਬਟ ਜੇ ਲੂਸ ਬੰਨਾਂਗੇ ਤਾਂ ਵੀ ਫਾਇਦਾ ਨਹੀਂ ਜੀ ਤੇ ਈ ਮਤਲਬ ਐਲੀਵੇਸ਼ਨ ਆਪਾਂ ਸ਼ਰੀਰ ਦਾ ਉਸ ਹਿੱਸੇ ਨੂੰ ਉੱਚਾ ਕਰਕੇ ਰੱਖਣਾ ਜੇ ਆਪਾਂ نیچے ਰੱਖਾਂਗੇ ਸੋਜ ਪੈ ਜਾਏਗੀ ਜੇ ਆਪਾਂ ਉੱਪਰ ਰੱਖਾਂਗੇ ਤੇ ਸੋਜ ਉਤਰ ਜਾਏਗੀ ਜੀ ਡਾਕਟਰ ਸਾਹਿਬ ਇੱਕ ਫੋਨ ਕਰ ਲ ਸੜੇ ਇੰਤਜ਼ਾਰ ਕਰੀ ਜੀ ਕੌਣ ਬੋਲ ਰਹੇ ਹੋ ਹੈਲੋ ਹਾਂ ਜੀ ਰਸਮੀ ਗੱਲ ਜੀ ਸਤਿ ਸ਼੍ਰੀ ਅਕਾਲ ਕੌਨਸੇ ਬੋਲ ਰਹੇ ਹੋ ਗਗਨਦੀਪ ਜੀ ਤੁਹਾਡਾ ਪਿਆਰ ਭਰਿਆ ਨਿੱਘਾ ਸਵਾਗਤ ਆਪਣੀ ਗੱਲ ਕਹੋ ਪੁੱਛੋ ਕੀ ਪੁੱਛਣਾ ਚਾਹਦੇ ਹੋ ਜੀ ਮੇਰੇ ਨਾਲ 4 ਪੁਆਇੰਟ ਸਾਲ ਤੋਂ ਮੇਰੇ ਮੋਢੇ 'ਚ ਪੇਨ ਰਹਿੰਦੀ ਆ ਰਾਈਟ ਸਾਈਡ ਤੇ ਸੱਜੇ ਮੋਢੇ 'ਚ ਦਰਦ ਹੈ ਜੀ ਹਾਂ ਜੀ ਜੀ ਤੇ ਮੈਂ ਕਾਫੀ ਟਾਈਮ ਪਹਿਲਾਂ ਨਾ ਮੈਂ ਟੈਕਨੀਸ਼ੀਅਨ ਸੀਗਾ ਮੈਂ ਇੱਕ ਸਾਈਡ ਤੇ weight ਰੱਖਦਾ ਹੁੰਦਾ ਸੀ ਜ਼ਿਆਦਾ ਜਦੋਂ ਬੈਗ ਮੇਰੇ ਤੇ ਵੀਟ ਹੁੰਦਾ ਸੀ ਜੀ ਉਸ ਟਾਈਮ ਮੈਨੂੰ ਇੰਨੀ ਜ਼ਿਆਦਾ ਸਾਲਸੋ ਹੋਲਮ ਨਹੀਂ ਆਈ ਹੁਣ 2 ਦਿਨ ਪਹਿਲੇ ਹੀ ਮੀਂਹ ਵਰਲਣਾ ਨਹੀਂ ਉਹ ਜਦੋਂ ਮੈਂ ਕੋਈ ਵੀ ਕੰਮ ਕਰਦਾ ਵਾਂ ਕੋਈ ਜ਼ਿਆਦਾ ਟਰਾਈ ਕਰ ਲਵਾਂ ਮੈਂ ਹਨਾ ਇੱਕ ਸਾਈਡ ਮੋੜਦਾ ਐੜੇ ਕੋਲਡਾ ਉਹ ਜਦੋਂ ਮੈਨੂੰ ਚਲਾਉਂਦਾ ਕਿ ਪੰਪ ਕਰ ਗਿਆ ਏ ਉਹਨੇ ਕੰਮ ਨਹੀਂ ਕਰਨਾ ਉਹ ਜਦ ਤੱਕ ਇਹਨਾਂ ਲੱਗ ਪੈਂਦੀ ਹੈ ਗगन ਜੀ ਉਮਰ ਮੇਰੇ ਨੂੰ 26 ਸਾਲ ਹੋਣਾ ਉਮਰ ਹੈ ਜੀ ਹਾਂਜੀ ਗगन ਜੀ 28 ਸਾਲ ਦੀ ਉਮਰ ਚ ਮੋਢੇ ਚ ਜੋ ਕਾਮਨ ਪ੍ਰੋਬਲਮਸ ਆਂਦੀਆਂ ਨੇ ਇਹ ਉੱਪਰਲੀ ਇਹ ਸਾਡਾ ਮੋਢਾ ਹੈ ਜੋ ਕਿ ਬੋਲ ਤੇ ਕਟੋਰੀ ਜੋਇੰਟ ਹੈ ਹਾਂਜੀ ਤੇ ਕਟੋਰੀ ਦੇ ਅੰਦਰ ਬੋਲ ਘੁੰਮਦੀ ਹੈ ਠੀਕ ਹੈ ਜੀ ਤੇ ਇਹਨੂੰ ਕਮਾਨ ਵਾਲੇ ਇਹ ਤਿੰਨ ਚਾਰ ਮਸਲਸ ਨੇ ਇਹ ਉੱਪਰਲੀ ਹੱਡੀ ਐ ਉਮਰ ਤੇ ਜੇ ਜੇ ਤੁਸੀਂ ਭਾਰਾ ਕੰਮ ਕੀਤਾ ਹੈ ਤੇ ਚਾਂਸ ਹੁੰਦਾ ਕਿ ਇਹ ੱਡੀ ਦੀ ਛੋਟੀ ਜੀ ਚੁੰਝ ਨਿਕਲ ਜਾਂਦੀ ਐ ਹੂੰ ਤੇ ਉਹ ਇਹ ੱਡੀ 'ਚ ਫੇਰ ਰਗੜ ਖਾਂਦੀ ਐ ਰੜਕਦੀ ਐ ਰੜਕਦੀ ਐ ਜੀ ਠੀਕ ਐ ਜੀ ਇਹਨੂੰ ਇੰਪਿੰਜਮੈਂਟ ਬੋਲਦੇ ਆਂ ਹੂੰ ਹੂੰ ਦੂਸਰਾ ਕਾਮਨ ਕਾਰਨ ਐ ਬਾਈਸੈਪਸ ਕਿਉਂਕਿ ਯੰਗ ਏਜ 'ਚ ਬਾਈਸੈਪਸ ਦਾ ਸਟਰੋਂਗ ਬਾਈਸੈਪਸ ਹੁੰਦਾ ਐ ਕਾਫੀ ਰੋਲ ਰਹਿੰਦਾ ਬਾਈਸੈਪਸ ਦਾ ਜਿਹੜਾ ਟੈਂਡਨ ਹੈ ਉਹ ਆਪਾਂ ਇੱਥੇ ਇੱਥੇ ਆ ਕੇ ਇੱਥੇ ਲੱਗਦਾ ਹੈ ਉੱਚ ਸੋਚ ਪੈ ਜਾਂਦੀ ਹੈ ਹੂੰ ਇਹ ਦੂਸਰਾ ਸਭ ਤੋਂ ਕਾਮਨ ਕਾਰਨ ਹੈ ਹੂੰ 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 ਠੀਕ ਹੈ ਜੀ ਇਹ ਮੇਰੇ ਹਿਸਾਬ ਨਾਲ ਤੁਹਾਨੂੰ ਦੋਨਾਂ ਚੋਂ ਕਿਸੇ ਇੱਕ ਚ ਪ੍ਰੋਬਲਮ ਹੋਣ ਦਾ ਚਾਂਸ ਆ ਰਿਹਾ ਜਾਂ ਤਾਂ ਤੁਹਾਡੀ ਬਾਈਸੈਪਸ ਟੈਂਡਨ ਵਿੱਚ ਸੋਜ ਹੈ ਹੂੰ ਯਾ ਤੁਹਾਡੀ ਉਪਰੋਂ ਹੱਡੀ ਵਧੀ ਹੋਈ ਹੈ ਜਿਹੜੀ ਇਹ ਚ ਰੜਕ ਰਹੀ ਹੈ ਉਹਦੇ ਕਰਕੇ ਤੁਹਾਨੂੰ ਕੀ ਇਨਵੈਸਟੀਗੇਸ਼ਨ ਕਰवानी ਚਾਹੀਦੀ ਹੈ ਇਹਨਾਂ ਨੂੰ ਕੀ ਟੈਸਟ ਕਰਵਾਉਣਾ ਚਾਹੀਦਾ ਪਹਿਲੇ ਇੱਕ ਵਾਰ ਤੁਸੀਂ ਇੱਕ ਸਪੈਸ਼ਲਿਸਟ ਨੂੰ ਮਿਲੋ ਤਾਂ ਕਿ ਉਹ ਤੁਹਾਡੀ ਜਾਂਚ ਕਰ ਸਕੇ ਉਹਦੇ ਬਾਅਦ ਫਿਰ ਐਕਸ-ਰੇ ਤੇ ਐਮ ਆਰ ਆਈ ਡੀ ਲੋਡ ਪੈ ਸਕਦੀ ਹੈ ਜੀ ਜੀ ਬਹੁਤ ਮਿਹਰਬਾਨੀ ਗਗਨ ਜੀ ਨੂੰ ਆਪਣੀ ਗੱਲ ਦਾ ਪੂਰਾ ਜਵਾਬ ਮਿਲ ਗਿਆ ਹੁਣ ਨਕਸਬ ਗੱਲ ਕਰ ਰਹੇ ਸੀ ਆਪਾਂ ਉਸੇ ਗੋਡੇ ਦੀ ਗੱਲ ਕਰ ਰਹੇ ਸੀ ਲਿਗਾਮੈਂਟਸ ਤੁਸੀਂ ਕਹੇ ਸੀ ਕਿ ਇਸ ਨੂੰ ਪਲਸਟਰ ਕਰ ਦਿੰਨੇ ਆ ਤੇ ਉਸ ਤੋਂ ਬਾਅਦ 8-10 ਹਫਤੇ ਦਾ ਪਲਸ 6 6 ਤੋਂ 8 ਹਫਤੇ ਦਾ ਪਲਸ ਹੋਣਾ 6 ਵੀਕਸ ਦਾ ਪਲਸ 6 ਤੋਂ 8 ਵੀਕਸ ਜੇ ਲਿਗਾਮੈਂਟ ਅੱਧੇ ਟੁੱਟੇ ਨੇ ਪੂਰੇ ਨਹੀਂ ਟੁੱਟੇ ਤੇ ਭਰਨ ਦਾ ਚਾਂਸ ਬਹੁਤ ਜ਼ਿਆਦਾ ਹੈ ਜੀ ਬਟ ਇਹ ਬਾਹਰਲਾ ਲਿਗਾਮੈਂਟ ਅਗਰ ਇਹ ਟੁੱਟ ਗਿਆ ਇਹ ਨਹੀਂ ਜੁੜਦਾ ਇਹਨੂੰ ਆਪਰੇਟ ਹੀ ਕਰਨਾ ਪੈਂਦਾ ਹੈ ਇਹ ਆਪਰੇਸ਼ਨ ਨਾਲ ਫਿਰ ਜੋੜਦੇ ਤੁਸੀਂ ਆਪਰੇਸ਼ਨ ਨਾਲ ਜੋੜ ਦਿੰਦੇ ਆ ਜੇ ਹੱਡੀ ਤੋਂ ਟੁੱਟਿਆ ਤਾਂ ਜੋੜ ਦਿੰਦੇ ਆ ਜੇ ਹੱਡੀ ਤੋਂ ਨਹੀਂ ਟੁੱਟਿਆ ਤਾਂ ਫਿਰ ਇਹ ਨਵਾਂ ਪੈਂਦਾ ਫਿਰ ਆਪਾਂ ਸਰੀਰ ਦੇ ਦੂਸਰੇ ਹਿੱਸੇ ਤੋਂ ਇੱਕ ਕੱਢਦੇ ਆ ਤਾਂਗਾ ਤੇ ਇੱਥੇ ਪਾ ਦਿੰਨੇ ਹੁਣ ਇਹ ਵੀ ਇੱਕ ਤਰ੍ਹਾਂ ਦੀ ਸਰਜਰੀ ਇਹ ਹੈ ਕਿ ਉਧਰੋਂ ਕੱਢ ਕੇ ਇੱਧਰ ਪਾਤਾ ਹਾਂਜੀ ਇਹ ਲਿਗਾਮੈਂਟ ਜੁੜਦੇ ਨਹੀਂ ਹੈ ਲਿਗਾਮੈਂਟ ਜੇ ਹੱਡੀ ਤਾਂ ਟੁੱਟਿਆ ਤਾਂ ਤਾਂ ਜੁੜ ਜੂਗਾ ਲੇਕਿਨ ਜੇ ਅਗਰ ਵਿਚੋਂ ਟੁੱਟਿਆ ਜੀ ਫੇਰ ਨਹੀਂ ਜੁੜੂਗਾ ਫੇਰ ਅਗਰ ਆਪਾਂ ਲਿਗਾਮੈਂਟ ਨੂੰ ਜੋੜ ਵੀ ਦਾਂਗੇ ਤਾਂ ਔਰ ਧਾਗੇ ਵਰਗਾ ਰਬੜ ਦੇ ਰਬੜ ਨੂੰ ਆਪਾਂ ਸਟ੍ਰੈਚ ਕਰਾਂਗੇ ਉਹ ਥਿੱਲਾ ਪੈ ਜਾਂਦਾ ਤੇ ਇਹ ਕਿਹੜੇ ਟੈਸਟ ਤੋਂ ਪਤਾ ਲੱਗਦਾ ਵੀ ਕਿੱਥੋਂ ਜੇ ਟੁੱਟਿਆ ਹੋਇਆ ਐਮ ਆਰ ਆਈ ਤੋਂ ਕਲੀਨिकल ਐਗਜ਼ਾਮੀਨੇਸ਼ਨ ਪੇਸ਼ੈਂਟ ਨੂੰ ਦੇਖ ਕੇ ਤਾਂ ਐਮ ਆਰ ਆਈ ਤੋਂ ਐਮ ਆਰ ਆਈ ਤੋਂ ਇਦਾਂ ਹੀ ਇਹ ਅਗਲਾ ਲਿਗਾਮੈਂਟ ਹੈ ACL ਤੇ ਪਿਛਲਾ PCL ਅਗਰ ਇਹ ਟੁੱਟ ਗਏ ਨੇ ਤੇ ਨਵੇਂ ਪੈਂਦੇ ਨੇ ਇਹ ਜੁੜਦੇ ਨਹੀਂ ਡਾਕਟਰ ਵਰਥਸਕੋਪੀ ਦੀ ਅਪਾ ਗੱਲ ਕਰ ਰਹੇ ਆਂ ਵਰਥਸਕੋਪੀ ਤੁਸੀਂ ਦੱਸਿਆ ਕਿ ਬਹੁਤ ਛੋਟਾ ਜਿਹਾ ਮੋਰਾ ਕਰਕੇ ਅਸੀਂ ਇਹਨਾਂ ਨੂੰ ਟ੍ਰੀਟ ਕਰਦੇ ਆਂ ਇਹਦੇ ਬਾਰੇ ਦੱਸੋ ਜੀ ਸ਼ੋਲਡਰ ਬਾਰੇ ਕੀ ਦੱਸੋ ਸ਼ੋਲਡਰ ਵਿੱਚ ਜਿਹੜੀ ਆਮ ਪ੍ਰੋਬਲਮਸ ਆਉਂਦੀਆਂ ਨੇ ਉਮਰ ਦੇ ਹਿਸਾਬ ਨਾਲ ਮੈਂ ਡਿਵਾਈਡ ਕਰਨਾ ਚਾਹੂੰਗਾ ਜਿਹੜੇ ਯੰਗ ਪੇਸ਼ੈਂਟ ਨੇ ਜੀ 25 30 ਸਾਲ ਦੀ ਉਮਰ ਤੱਕ ਸਭ ਤੋਂ ਕਾਮਨ ਪ੍ਰੋਬਲਮ ਮੋਡੇ ਦੀ ਹੈ ਮੋਡੇ ਦਾ ਬਾਰ-ਬਾਰ ਉਤਰਨਾ ਜੀ ਜੇ ਮੋਡਾ ਤੁਹਾਡਾ ਇੱਕ ਵਾਰ ਉਤਰ ਗਿਆ ਸੱਟ ਕਰਕੇ ਝ ਕੇਸਨਲ ਕੋਲਾ ਮਸਤੀ ਹੋ ਰਹੀ ਸੀ ਤੇ ਇੱਕ ਮੋਡਾ ਬਾਹਰ ਆ ਗਿਆ ਖਿੱਚ ਪੈ ਗਈ ਕਿਸੇ ਚੀਜ਼ ਦੀ ਖਿੱਚ ਪੈ ਗਈ ਜੇ ਮੋਡਾ ਕਟੋਰੀ ਤੋਂ ਬਾਹਰ ਆ ਗਿਆ ਤੇ ਉਹਦੇ ਬਾਰ-ਬਾਰ ਬਾਹਰ ਆਣ ਦਾ ਚਾਂਸ ਵੱਧ ਗਿਆ ਜੀ ਜਿੰਨੀ ਉਮਰ ਘੱਟ ਹੈ ਉਹਨਾਂ ਤੁਹਾਡਾ ਚਾਂਸ ਹੈ ਕਿ ਮੋਡਾ ਬਾਰ-ਬਾਰ ਉਤਰੇਗਾ ਅੱਛਾ ਮਤਲਬ ਇਹ ਲੂਜ਼ ਹੋ ਜਾਂਦੇ ਨੇ ਲੇਕਿਨ ਇਹ ਲੂਜ਼ ਹੋ ਜਾਂਦਾ ਇਸ ਕਟੋਰੀ ਦੇ ਆਸ-ਪਾਸ ਇੱਕ ਚਿੱਲੀ ਹੁੰਦੀ ਹੈ ਉਹ ਚਿੱਲੀ ਫੱਟ ਜਾਂਦੀ ਹੈ ਤੇ ਰਸਤਾ ਖੁੱਲ ਜਾਂਦਾ ਮੋਡੇ ਦੇ ਬਾਹਰ ਆਣ ਲਈ ਜੀ ਇਸ ਗੋਲੇ ਦੇ ਬਾਹਰ ਆਣ ਲਈ ਜੇ ਮੋਡਾ ਬਾਰ-ਬਾਰ ਉਤਰਦਾ ਹੈ ਤੇ ਉਸ ਪੇਸ਼ੈਂਟ ਲਈ ਕਾਫੀ ਦਿੱਕਤ ਵਾਲੀ ਗੱਲ ਹੋ ਜਾਂਦੀ ਹੈ ਜੀ ਬਿਲਕੁਲ ਕਿਉਂਕਿ ਜੇ ਤੁਸੀਂ ਯੰਗ ਹੋ ਤੁਸੀਂ ਸ਼ਰਟ ਪਾ ਰਹੇ ਹੋ ਮੁੰਡਾ ਉਤਰ ਗਿਆ ਸੁੱਤੇ ਪਏ ਹੋ ਮੁੰਡਾ ਉਤਰ ਗਿਆ ਤੁਹਾਡੀ ਲਾਈਫ ਰੁਕ ਜਾਂਦੀ ਹੈ ਜੀ ਇਹ ਕਾਮਨ ਪ੍ਰੋਬਲਮ ਹੈ 25 30 ਸਾਲ ਤੱਕ ਜੀ ਦੂਸਰਾ ਜਿੱਦਾਂ ਮੈਂ ਦੱਸਿਆ ਗਗਨ ਜੀ ਨੂੰ ਕਿ ਬਾਈਸੈਪਸ ਸਾਡਾ ਬਾਈਸੈਪਸ ਮਸਲ ਹੈ ਆ ਕੇ ਇੱਥੇ ਲੱਗਦਾ ਉੱਚ ਸੋਚ ਪੈ ਜਾਂਦੀ ਹੈ ਜੇ ਤੁਸੀਂ ਪਾਰਾ ਕੰਮ ਕਰ ਰਹੇ ਹੋ ਬਾਡੀ ਬਿਲਡਰ ਹੋ ਹੂੰ ਉੱਚ ਫਿਰ ਰਗੜ ਪੈਣ ਕੇ ਬਾਈਸੈਪਸ 'ਚ ਸੋਚ ਪੈਣ ਦਾ ਚਾਂਸ ਬਹੁਤ ਜ਼ਿਆਦਾ ਹੈ ਜੀ 30 ਸੇ ਨੰਬਰ ਤੇ ਆ ਜਾਂਦਾ ਇੰਪਿੰਜਮੈਂਟ ਉੱਪਰਲੀ ਹੱਡੀ ਵੱ ਤੇ ਇਹ ਚ ਰਕਣੀ ਸ਼ੁਰੂ ਹੋ ਜਾਂਦੀ ਹੈ ਜੀ ਇਹ 30 ਤੋਂ 40 ਸਾਲ ਚ ਖਾਸ ਕਰ ਲੇਡੀਜ਼ ਦੇਖਣਾ ਕਾਮਨ ਹੈ ਜੀ 50 ਦੇ ਆਸ-ਪਾਸ ਲੇਡੀ ਚ ਮੋਡਾ ਜਾਮ ਹੋ ਜਾਂਦਾ ਜਿਹਨੂੰ ਆਪਾਂ ਫਰੋਜ਼ਨ ਸ਼ੋਲਡਰ ਕਹਿੰਦੇ ਆ ਜੀ ਉੱਚੇ ਚ ਚਿੱਲੀ ਇਹਦੇ ਆਸ-ਪਾਸ ਇੱਕ ਚਿੱਲੀ ਹੁੰਦੀ ਹੈ ਸੋਚ ਪੈ ਜਾਂਦੀ ਹੈ ਤੇ ਚਿੱਲੀ ਇਸ ਬੋਲ ਨੂੰ ਫੜ ਲੈਂਦੀ ਹੈ ਤੇ ਘੁੰਮਣ ਨਹੀਂ ਦਿੰਦੀ ਜੀ ਬਿਲਕੁਲ ਉਹਨੂੰ ਆਪਾਂ ਫਰੋਜ਼ਨ ਸ਼ੋਲਡਰ ਬੋਲਦੇ ਆ ਤੇ 50 55 ਦੇ ਬਾਅਦ ਇਹ ਧਾਗੇ ਟੁੱਟ ਜਾਂਦੇ ਆ ਜੀ ਜਿਹੜੇ ਸਾਡੇ ਮੋਡੇ ਨੂੰ ਚਲਾਉਂਦੇ ਆ ਮੋਡੇ ਚ ਚਾਰ ਧਾਗੇ ਹੁੰਦੇ ਆ ਇੱਕ ਅਗਲੇ ਬੰਨੇ ਜੀ ਇੱਕ ਉੱਪਰਲੇ ਬੰਨੇ ਦੋ ਪਿਛਲੇ ਬੰਨੇ ਇਹ ਸਾਡੇ ਮੋਢੇ ਦੀ ਮੂਵਮੈਂਟ ਲਈ ਰਿਸਪੌਂਸਿਬਲ ਨੇ ਅੰਦਰ ਉੱਪਰ ਤੇ ਪਿੱਛੇ 50 ਦੇ ਬਾਅਦ ਇਹ ਧਾਗੇ ਆਮ ਟੁੱਟ ਜਾਂਦੇ ਨੇ ਅੱਛਾ ਜੀ ਰਾਈਟ ਠੀਕ ਹੈ ਤੇ ਪੇਸ਼ੈਂਟ ਸਮਝਦਾ ਕਿ ਉਹਨੂੰ ਫਰੋਜ਼ਨ ਸ਼ੋਲਡਰ ਹੈ ਹਮ ਇੱਕ ਵਾਰ ਇਹ ਧਾਗਾ ਟੁੱਟ ਗਿਆ ਤੇ ਇਹਦਾ ਆਪਰੇਸ਼ਨ ਕਰਕੇ ਆਪਾਂ ਇਹ ਧਾਗਾ ਜੋੜ ਸਕਦੇ ਹਾਂ ਤੇ ਬਹੁਤ ਅੱਛੇ ਰਿਜ਼ਲਟਸ ਇਹਦੇ ਹਨ ਇਹਦਾ ਇੱਕ ਬਹੁਤ ਅੱਛਾ ਐਗਜ਼ਾਮਪਲ ਦਿੰਨਾ ਜਿਹਨੂੰ ਜਿਹੜੇ ਸਾਰਿਆਂ ਨੂੰ ਪਤਾ ਹੈ ਐਗਜ਼ਾਮਪਲ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਪਰ ਇੱਕ ਦਰਸ਼ਕ ਸਾਡੇ ਵੀਡੀਓ ਵਿੱਚ ਦੱਸ ਦਿੱਤੇ ਹਾਂ ਹਾਂਜੀ ਕੌਣ ਬੋਲ ਰਿਹਾ ਹੋ ਹੈਲੋ ਨਮਸਕਾਰ ਗੁਰਮੀਤ ਜੀ ਜੀ ਤੁਹਾਨੂੰ ਸਾਡੀ ਮੈਕ ਬੀਨਤੀ ਕਰਦਾ ਕਿ ਨੇ ਹਮ ਕਹਿਵਾ ਕਿਹਾਦੇ ਆਪੇ ਮੈਂ ਬਾਇ ਚੀਜ਼ ਖਾ ਲਈ ਆ ਹਾਂ ਤੇ ਮੇਰੇ ਜਿਹੜੇ ਆ ਗੋਡੇ ਜਿਹੜੇ ਉਹ ਸੁੱਜ ਗਏ ਆ ਜਾਂ ਲੱਗ ਮੇਰਾ ਅੜ ਗਿਆ ਬਹੁਤ ਜ਼ਰੂਰੀ ਸਵਾਲ ਹੈ ਗੁਰਮੀਤ ਜੀ ਤੁਹਾਡਾ ਬਹੁਤ ਜ਼ਰੂਰੀ ਬਾਇ ਕੀ ਚੀਜ਼ ਹੈਗੀ ਆ ਬਾਇ ਕੀ ਚੀਜ਼ ਹੈ ਇਸ ਖਾਣੇ ਨਾਲ ਗੋਡਿਆਂ ਦਾ ਲੱਗਦਾ ਜਾਂ ਸੋਜ ਜਿਹੜੀ ਹੈਗੀ ਆ ਉਹਦਾ ਕੀ ਸਬੰਧ ਹੈਗਾ ਕੀ ਖਾਣੇ ਜਿਹਦਾ ਗੋਡੇ ਜੀ ਜੀ ਬਹੁਤ ਮਹੱਤਵਪੂਰਨ ਸਵਾਲ ਪੁੱਛਿਆ ਤੁਸੀਂ ਬਹੁਤ ਮਹੱਤਵਪੂਰਨ ਹੈਗਾ ਭੀ ਇਹ ਇਹਨੂੰ ਦੂਰ ਕਰਾ ਰਹਾ ਸੀ ਇਹ ਜਿਹੜੀ ਪ੍ਰੋਟੈਕਸ਼ਨ ਆ ਗਈ ਆ ਸਾਨੂੰ ਕੀ ਕਰਨਾ ਪਏਗਾ ਸਾਨੂੰ ਕੀ ਪ੍ਰੀਕੌਸ਼ਨ ਕਰਦੇ ਪਈਦੇ ਆ ਕਈ ਵਾਰ ਕਹਿੰਦੇ ਆ ਵੀ ਤੁਸੀਂ ਕੋਈ ਸੂਪ ਪੀ ਲਓ ਜੀ ਕੋਈ ਗਰਮ ਚੀਜ਼ ਖਾ ਲਓ ਇਹ ਸੀ ਹੋ ਜਾਏਗਾ ਦੂਜੇ ਕਈ ਵਾਰ ਡਾਕਟਰ ਜਿਹੜੇ ਆ ਉਹ ਗੋਡੇ 'ਚ ਉਹ ਇੱਕ ਪੀਲਾ ਜਿਹਾ ਪਾਣੀ ਕਰਦੇ ਆ ਇਹ ਕਿੰਨਾ ਕਿ ਜਿਹੜਾ ਹੈਗਾ ਇਹ ਸਾਰਸਕਾ ਇਹ ਬਾਰੇ ਧੰਨਵਾਦ ਧੰਨਵਾਦ ਨਹੀਂ 3-4 ਸਵਾਲ ਇਕੱਠੇ ਹੋ ਗਏ ਸੀ ਪਹਿਲਾ ਸਵਾਲ ਤੇ ਇਹ ਕਿ ਬਾਏ ਕੀ ਹੁੰਦਾ ਜਿਹੜੇ ਕਹਿੰਦੇ ਬਾਏ ਵਾਲੀ ਚੀਜ਼ ਖਾ ਲਈ ਸੀ ਤੇ ਸਾਡੇ ਜੋੜ ਦੁਖਣ ਲੱਗੇ ਗੁਰਮੀਤ ਜੀ ਪਹਿਲੀ ਗੱਲ ਤਾਂ ਐਲੋਪੈਥੀ 'ਚ ਬਾਏ ਨਾਮ ਦੀ ਕੋਈ ਚੀਜ਼ ਨਹੀਂ ਹੈ ਜੇ ਤੁਸੀਂ ਐਲੋਪੈਥੀ ਦੀ ਗੱਲ ਕਰੋਗੇ ਤਾਂ ਉਹ 'ਚ ਬਾਏ ਤੇ ਬਿਨਾ ਬਾਏ ਦੀ ਕੋਈ ਚੀਜ਼ ਨਹੀਂ ਹੈ। ਜੀ ਜੀ ਬਟੇ ਕਰਾਂ ਚਾਪਾ ਆਮ ਦੇਖਿਆ ਈਵਨ ਮੇਰੇ ਘਰ 'ਚੇ ਪ੍ਰੋਬਲਮ ਹੈ ਕਿ ਮੇਰੀ ਮੰਮੀ ਵੀ ਕਹਿੰਦੀ ਹੈ ਕਿ ਇਹ ਖਾ ਲਿਆ ਤਾਂ ਜੋੜਾਂ ਦਾ ਦਰਦ ਵੱਧ ਗਿਆ। ਜੀ ਤੇ ਕੁਝ ਚੀਜ਼ਾਂ ਦੇ ਫੂਡ ਪ੍ਰੋਡਕਟਸ ਨੇ ਕੁਝ ਚੀਜ਼ਾਂ ਨੇ ਜਿਦਾਂ ਮਾਂ ਦੀ ਦਾਲ ਲੋਕੀ ਕਹਿੰਦੇ ਆ ਕੜੀ ਨੂੰ ਕਹਿੰਦੇ ਆ ਕਿ ਇਹ ਖਾਦੀ ਤਾਂ ਆਪਾਂ ਸਾਡੇ ਜੋੜਾਂ 'ਚ ਪ੍ਰੋਬਲਮ ਵਧ ਗਈ। ਜੀ ਜੀ ਤੇ ਹੋ ਸਕਦਾ ਨੇ ਕੁਝ ਖਾਣੇ ਇਦਾਂ ਦੇ ਨੇ ਜਿਹਦਾ ਜਿਹਦੇ ਕਰਕੇ ਜੋੜ ਦੀ ਸੋਚ ਜੋੜ ਵਿੱਚ ਪਹਿਲੇ ਸੋਚ ਸੀ ਹਲ لیکن او ਤੁਹਾਨੂੰ ਇੰਮੀ ਨਹੀਂ ਸੀ ਕਿ ਉਹ ਤੁਹਾਨੂੰ ਤੰਗ ਕਰ ਰਹੀ ਸੀ جی جی کچھ چیزاں کچھ ਖਾਣੇ کچھ ایکٹیویٹیز ਨਾਲ ਉਹ ਸੋਚ ਵੱਧ ਗਈ ਤੇ ਤੁਹਾਨੂੰ ਉਹ نوٹس ਹੋਣੀ ਸ਼ੁਰੂ ਹੋ ਗਈ ਕਿ ਤੁਹਾਨੂੰ ਮਹਿਸੂਸ ਹੋਣੀ ਸ਼ੁਰੂ ਹੋ ਗਈ ਕਿ ہاں میرا درد ਵੱਧ ਗਿਆ میری ਸੋਚ ਵੱਧ ਗਈ ਲੱਗਣ ਲੱਗਿਆ ਵੀ ਉਸ ਕਰਕੇ ਹੋ ਗਿਆ ਤੇ ਇਹ अगेन ਹਰ ਪੇਸ਼ੈਂਟ ਲਈ ਵੱਖਰੀ ਹੈ ਜੀ ਕਿਸੇ ਨੂੰ ਕਿਸੇ ਚੀਜ਼ ਨਾਲ ਪ੍ਰੋਬਲਮ ਆਂਦੀ ਹੈ ਕਿਸੇ ਨੂੰ ਨਹੀਂ ਆਂਦੀ ਤੇ ਇਸ ਲਈ ਕਿਹੜੀ ਚੀਜ਼ ਬਾਈ ਵਾਲੀ ਹੈ ਤੇ ਕਿਹੜੀ ਬਿਨਾ ਬਾਈ ਵਾਲੀ ਹੈ ਇਹ ਮੈਂ ਅਜ ਤੱਕ ਇਹ ਡਿਫਾਈਨ ਨਹੀਂ ਕਰ ਸਕਦੇ ਹਾਂ ਜੀ ਬਿਲਕੁਲ ਕਹਿ ਨਹੀਂ ਪਾਇਆ ਹੁਣ ਮੇਰੀ ਮੰਮੀ ਨੂੰ ਕੜੀ ਨਾਲ ਪ੍ਰੋਬਲਮ ਹੈ ਪਾਪਾ ਨੂੰ ਨਹੀਂ ਹੈ ਹਾਂ ਬਿਲਕੁਲ ਤੇ ਇਹ ਚੀਜ਼ਾਂ ਥੋੜੀ ਵੱਖਰੇ ਕਨਸੈਪਟ ਇਹ ਵੱਖਰੇ ਕਨਸੈਪਟ ਹੈ ਇਹ ਤੁਹਾਨੂੰ ਦੇਖਣਾ ਪਏਗਾ ਕਿ ਤੁਹਾਨੂੰ ਕਿਸ ਚੀਜ਼ ਨਾਲ ਤਕਲੀਫ ਹੈ ਤੁਹਾਨੂੰ ਉਹ ਚੀਜ਼ ਦੇ ਨੂੰ ਐਡ ਕਰ ਬਿਲਕੁਲ ਠੀਕ ਹੈ ਨਕਸਬ ਗੱਲ ਕਰ ਰਹੇ ਸੀ ਆਪਾਂ ਹਾਂ ਜੀ ਤੇ ਇਹ ਤਾਂਗੇ ਆਮ ਜਿੱਧਾ ਹ ਐਗਜ਼ਾਮਪਲ ਦੇ ਰਿਹਾ ਸੀ ਮੈਂ ਕਿ ਸਾਡੀ ਫਿਲਮ ਇੰਡਸਟਰੀ ਦੇ ਮਸ਼ਹੂਰ ਸ਼ਾਹਰੂਖ ਖਾਨ ਜੀ ਨੇ ਜੀ ਉਹਨਾਂ ਦੇ ਦੋਨੋਂ ਮੁੱਡੇ ਦੇ ਧਾਗੇ ਟੁੱਟ ਗਏ ਸੀ ਜੀ ਦੋਨੋਂ ਮੁੱਡੇ ਆਪਰੇਟ ਹੋਏ ਨੇ ਤੇ ਹੁਣ ਉਹ ਤੁਹਾਡੇ ਸਾਹਮਣੇ ਸਭ ਕੁਝ ਪਰਫੈਕਟਲੀ ਸਰ ਪਰਫੈਕਟਲੀ ਕਰ ਰਹੇ ਹੈ ਜੇ ਇਹ ਤਾਂ ਅਗੇ ਨਹੀਂ অপারেਟ ਹੁੰਦੇ ਤਾਂ ਸ਼ਾਇਦ ਉਹ ਵਾਪਸ ਆਪਣੀ ਨੋਰਮਲ ਲਾਈਫ ਚ ਆਪਣੀ ਜੋ ਵੀ ਉਹਨਾਂ ਦੀ ਐਕਟਿਵ ਲਾਈਫ ਸਟਾਈਲ ਹੈ ਉਹ ਸ਼ਾਇਦ ਨਹੀਂ ਹੋ ਪਾਉਂਦਾ ਜੀ ਬਿਲਕੁਲ ਡਾਕਟਰਬ ਗੱਲ ਕਰ ਰਹੇ ਹਾਂ ਦੀ ਤੁਸੀਂ ਮੈਨੂੰ ਇਹ ਦੱਸੋ ਆਰਥੋਸਕੋਪੀ ਤੁਸੀਂ ਦੱਸਿਆ ਕਿ ਗੋਡੇ ਤੇ ਮੋਢੇ ਦੀ ਐਪਰ ਕਰਦੇ ਆ ਕੀ ਬੋਡੀ ਦੇ ਹੋਰ ਵੀ ਜਿਹੜੇ ਜੋਇੰਟਸ ਨੇ ਉਹਨਾਂ ਵਾਸਤੇ ਵੀ ਆਰਥੋਸਕੋਪੀ ਦੀ ਸਕੋਪ ਹੁੰਦਾ ਹਾਂਜੀ ਹਾਂ ਸਾਡੇ ਸਰੀਰ ਦੇ 6 ਮੇਜਰ ਜੋਇੰਟ ਨੇ ਉੱਪਰਲੇ ਹਿੱਸੇ ਚ ਸ਼ੋਲਡਰ 엘ਬੋ ਤੇ ਰਿਸਟ ਹਮ ਠੀਕ ਹੈ ਜੀ ਇਹ ਤਿੰਨਾਂ ਜੋੜਾਂ ਦੀ ਆਰਥੋਸਕੋਪੀ ਹੁੰਦੀ ਹੈ ਮੇਨ ਸ਼ੋਲਡਰ ਹੀ ਹੈ ਤੇ ਨੀਚਲੇ ਜੋੜ ਚ ਚੂਲਾ ਸਾਡਾ ਗੋਡਾ ਤੇ ਨੀਚੇ ਅ ਏਨਕਲ ਹੂੰ ਇਹਨਾਂ ਤਿੰਨਾਂ ਜੋੜਾਂ ਦੇ ਵੀ ਆਰਥੋਸਕੋਪੀ ਹੁੰਦੀ ਹੈ ਬਟ ਅਗੇਨ ਸਭ ਤੋਂ ਕਾਮਨ ਨੀ ਗੋਡਾ ਹੀ ਹੈ ਜੀ ਤੇ ਇਹ 6 ਜੋੜ ਨੇ ਜਿਨ੍ਹਾਂ ਦੀ ਆਰਥੋਸਕੋਪੀ ਹੁੰਦੀ ਹੈ ਅੱਜਕੱਲ ਵੀਰ ਦੀ ਹੱਡੀ ਦੀ ਸਰਜੀ ਵੀ ਐਂਡੋਸਕੋਪੀ ਨਾਲ ਸ਼ੁਰੂ ਹੋਈ ਹੈ ਜੀ 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 ਤੇ ਕੁਝ ਡਾਕਟਰ ਇਹ ਚ ਮਹਾਰਤ ਰੱਖਦੇ ਨੇ ਜਿਹੜੇ ਕਿ ਦੂਰਬਿੰਦ ਦੇ ਆਪਰੇਸ਼ਨ ਰੀਡ ਦੀ ਹੱਡੀ ਤੇ ਆਪਰੇਸ਼ਨ ਦੂਰਬੀਨ ਨਾਲ ਵੀ ਕਰਦੇ ਨੇ ਲੈਪਰੋਸਕੋਪੀ ਨਾਲ ਵੀ ਕਰਦੇ ਨੇ ਲੈਪਰੋਸਕੋਪੀ ਤੇ ਆਰਥਰੋਸਕੋਪੀ 'ਚ ਕੀ ਫਰਕ ਹੈ ਲੈਪਰੋ ਮਤਲਬ ਢੇਟ ਅੱਛਾ ਤੇ ਆਰਥਰੋ ਮਤਲਬ ਜੋੜ ਜੋੜਾਂ ਦੀ ਹਾਂ ਜੋੜਾਂ ਦਾ ਦੂਰਬੀਨ ਨਾਲ ਆਪਰੇਸ਼ਨ ਆਰਥਰੋਸਕੋਪੀ ਚੀਜ਼ ਇੱਕੋ ਹੀ ਹੈ ਢੇਟ ਦਾ ਦੂਰਬੀਨ ਨਾਲ ਆਪਰੇਸ਼ਨ ਲੈਪਰੋਸਕੋਪੀ ਡਾਕਟਰ ਸਾਹਿਬ ਆਪਾਂ ਆਰਥਰੋਸਕੋਪੀ ਦੀ ਬੜੀ ਗੱਲ ਕਰ ਲਈ ਕੋਈ ਸਾਡੇ ਕਾਮਨ ਜੇ ਕੁਝ ਗੱਲਾਂ ਹੈਗੀਆਂ ਜਿਹੜੀਆਂ ਲੋਕਾਂ 'ਚ ਗਲਤਫਹਿਮੀ ਹੋ ਸਕਦੀਆਂ ਆ ਜਾਂ ਉਹਨਾਂ ਦੀ ਕਲੀਰੀਫਿਕੇਸ਼ਨ ਹੋ ਸਕਦੀਆਂ ਸਾਡੇ ਜੋੜਾਂ ਦੇ ਵਿੱਚ ਢੇਟ ਦਾ ਕੀ ਰੋਲ ਹੈ ਪਰਟਿਕੁਲਰਲੀ ਗੋਡਿਆਂ ਨਾਲ ਗੱਲ ਕਰੀਏ ਤਾਂ ਹਰ ਜੋੜ ਚ ਖਾਸ ਕਰ ਪੈਰਾਂ ਦੇ ਜੋੜ ਮਤਲਬ ਨੀਚੇ ਲੱਤਾਂ ਹਮ ਜਿੱਥੇ ਰੀੜ ਦੀ ਹੱਡੀ ਹਮ ਚੂਲਾ ਗੋਡਾ ਤੇ ਐਂਕਲ ਹਮ ਇਨ੍ਹਾਂ ਚਾਰਾਂ ਜੋੜਾਂ ਚ weight ਦਾ ਬਹੁਤ ਜ਼ਿਆਦਾ ਰੋਲ ਹੈ ਹਮ ਜੀ 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 ਠੀਕ ਹੈ ਤੇ ਜੇ ਸਾਡਾ ਭਾਰ ਜ਼ਿਆਦਾ ਹੈ ਤੇ ਸਾਡੇ ਜੋੜ ਤੇ ਜ਼ਿਆਦਾ ਵਜ਼ਨ ਆਏਗਾ ਜੀ ਤੇ ਚਪਨੀ ਤੇ ਅਗਰ ਸਾਡਾ 1 ਕਿਲੋ ਵਜ਼ਨ ਵੱਧਦਾ ਤਾਂ ਸਾਡੀ ਚਪਨੀ ਤੇ 8 ਗੁਣਾ ਪਾਰ ਪੈਂਦਾ ਪਾਰ ਪੈਂਦਾ ਓਕੇ ਇਹ ਤਾਂ ਤੁਹਾਡਾ ਇੱਕ ਕਿਲੋ ਨਾਲ ਚਪਨੀ ਤੇ 8 ਕਿਲੋ ਜ਼ਿਆਦਾ ਪਾਰ ਵਜ਼ਨ ਪੈ ਰਿਹਾ ਹੈ ਮਾਈ ਗੋਡ ਇਹ ਤਾਂ ਬਹੁਤ ਜ਼ਿਆਦਾ ਹੋ ਗਿਆ ਹਾਂਜੀ 10 ਕਿਲੋ ਜ਼ਿਆਦਾ ਕਿਸੇ ਦਾ ਤਾਂ ਮਤਲਬ 80 ਕਿਲੋ 80 ਕਿਲੋ ਉਹਦੀ ਚਪਨੀ ਉਹਦੀ ਚਪਨੀ ਖਰਾਬ ਹੋਣ ਦਾ ਚਾਂਸ ਬਹੁਤ ਵੱਧ ਗਿਆ ਜੀ ਜੀ ਜਿਹੜਾ ਪਾਰ ਚਪਨੀ 70 ਕਿਲੋ ਵਜ਼ਨ ਲਈ ਬਣੀ ਹੈ ਜੇ ਤੁਸੀਂ ਉੱਤੇ 80 ਕਿਲੋ ਵਜ਼ਨ ਪਾ ਰਹੇ ਹੋ ਜੇ ਤੁਹਾਡੀ ਗੱਡੀ 'ਚ ਪੰਜ ਬੰਦੇ ਬੈਠਣੇ ਆ ਤਾਂ ਤੁਸੀਂ ਅੱਠ ਬਿਠਾ ਦਿੱਤੇ ਹੂੰ ওভারਲੋਡ ਤਾਂ ਹੋਣੀ ਹੈ ਫਿਰ ਗੱਡੀ ਦੇ ਟਾਇਰ ਤਾਂ ਖਸ ਨਹੀਂ ਆ ਜੀ ਜੀ ਬਿਲਕੁਲ ਦੇਖਸਾ ਤੁਸੀਂ ਇੱਕ ਜ਼ਿਕਰ ਕੀਤਾ ਸੀ ਸਪੋਰਟ ਇੰਜਰੀ ਹਾਂਜੀ ਉਹ ਸ਼ਬਦ ਤੁਸੀਂ ਬੋ ਅ ਖੇਡਾਂ ਦੌਰਾਨ ਲੱਗੀ ਸੱਟਾਂ ਸੱਟਾਂ ਨੂੰ ਆਮ ਪਾਸ਼ਾ ਚ ਆਪਾਂ ਸਪੋਰਟ ਇੰਜਰੀ ਕਹਿ ਦਿੰਨੇ ਆ ਜਨਾਂ ਕਿ ਪੰਜਾਬ ਇੱਕ ਸਪੋਰਟਸ ਦਾ ਹੱਬ ਹੈ ਜੀ ਬਿਲਕੁਲ ਸਾਡੀ ਟੀਮਾਂ ਫੁੱਟਬਾਲ ਦੀ ਹਾਕੀ ਦੀ ਹਰ ਚੀਜ਼ ਆਪਾਂ ਅੱਗੇ ਰਹੇ ਆ ਜੀ ਜਿਹੜੇ ਪਲੇਅਰਸ ਕਬੱਡੀ ਹਰ ਹਰ ਸਪੋਰਟਸ ਸਪੋਰਟਸ ਖੇਡਦੇ ਨੇ ਉਹਨਾਂ ਨੂੰ ਕੁਝ ਸੱਟਾਂ ਲੱਗਣ ਦਾ ਚਾਂਸ ਜ਼ਿਆਦਾ ਹੁੰਦਾ ਹ ਹ ਜਿਹੜੀ ਸਖਤਾਂ ਸਪੋਰਟਸ ਲੱਗਦੀਆਂ ਉਹਨੂੰ ਸਪੋਰਟ ਇੰਜਰੀ ਕਹਿੰਦੇ ਆ ਜੀ ਇਹ ਆਮ ਲੋਕਾਂ ਦੇ ਕੰਮ ਦੀ ਚੀਜ਼ ਨਹੀਂ ਹੈ ਸਿਰਫ ਸਪੋਰਟਸ ਵਰਨ ਨਾਲ ਨਹੀਂ 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 ਵਿਪুল ਜੀ ਇਦਾਂ ਨਹੀਂ ਹੈ ਜੀ ਆਮ ਬੰਦੇ ਨੂੰ ਵੀ ਅਗਰ ਉਹੀ ਸਪੋਰਟ ਉਹੀ ਸੱਟ ਲੱਗੇਗੀ ਚਾਹੇ ਉਹ ਸਪੋਰਟਸ ਦੇ ਨਾਂ ਲੱਗੇ ਘਰਚ ਲੱਗੇਗੀ ਲੇਕਿਨ ਅਗਰ ਸੱਟ ਹੋਈ ਹੈ ਤਾਂ ਸਪੋਰਟਸ ਇੰਜਰੀ ਹੀ ਆਏਗੀ ਅਸਨੀਆਂ ਦੀ ਕਲੈਰੀਫਿਕੇਸ਼ਨ ਕੀ ਹੈ ਸਪੋਰਟਸ ਇੰਜਰੀ ਕੀ ਹੁੰਦੀ ਹੈ ਮਤਲਬ ਜੇ ਕੁਝ ਕੁਝ ਕੰਮ ਕਰਦੇ ਆਏ ਵੀ ਛੋਟ ਲੱਗ ਜਾਂਦੀ ਹੈ ਹਾਂ ਲੱਗ ਜਾਂਦੀ ਹੈ ਜਦੋਂ ਰੈਪੀਟਿਟਿਵ ਯੂਸ ਹੈ ਇੱਕ ਫੋਨ ਕਰ ਲੈਨੇ ਰਕ ਸਰ ਆਪਾ ਹਾਂ ਹੈਲੋ ਹਾਂਜੀ ਹਾਂਜੀ ਕੌਣ ਬੋਲ ਰਿਹਾ ਹੈ ਹਾਂਜੀ ਦਵਿੰਦਰ ਬੋਲਦਾ ਸੀ ਮੈਂ ਦਵਿੰਦਰ ਜੀ ਦਵਿੰਦਰ ਜੀ ਤੁਹਾਡਾ ਸਵਾਗਤ ਆਪਣੀ ਗੱਲ ਕਹੋ ਆਪਣਾ ਸਵਾਲ ਰੱਖੋ ਜੀ ਬੋਲੋ ਹਾਂ ਮੈਨੂੰ ਮੇਰੇ ਉਮਰ 45 ਸਾਲ ਆ ਜੀ ਮੈਂ ਨਾ ਜਦੋਂ ਲਲਕੀ ਜਦੋਂ ਮੈਂ ਪਿੱਛੇ ਬੈਠੀ ਤਾਂ ਨਾ ਇਹ ਥੱਲੇ ਹੱਥ ਲਾ ਕੇ ਫੇਰ ਬੈਠਣਾ ਪੈਂਦਾ ਮੈਨੂੰ ਜੋੜਾਂ ਦੇ ਦਰਦ ਨਾਲ ਇੱਕ ਬੋੜਾ ਜਿਹਾ ਨਾ ਪ੍ਰੋਬਲਮ ਮੈਨੂੰ ਜਦੋਂ نیچے ਬੈਠਦੇ ਹੋ ਤਾਂ ਹੱਥ ਲਗਾ ਕੇ ਬੈਠਣਾ ਪੈਂਦਾ ਜੀ ਹਾਲੀ ਕੀ ਬੈਠਦੇ ਨਾ ਮੈਂ ਮਿੱਟੀ ਹੱਥ ਲਾ ਕੇ ਬੈਠਣਾ ਮੰਨ ਲਿਆ ਜਸਤਰਾ ਨੂੰ ਅੱਪਰ ਕਲਾਸ ਤੇ ਬੈਠਣਾ ਥੱਲੇ ਮੈਨੂੰ ਹੱਥ ਲਾ ਕੇ ਫੇਰ ਬੈਠਣਾ ਪੈਂਦਾ ਜੀ 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 ਅ ਦਵਿੰਦਰ ਜੀ ਇਹਦਾ ਸਭ ਤੋਂ ਵੱਡੇ ਦੋ ਕਾਰਨ ਹੋਣੇ ਹੋ ਸਕਦੇ ਨੇ ਜਾਂ ਤਾਂ ਤੁਹਾਡੇ ਜੋੜਾਂ ਚ ਦਰਦ ਇੰਨਾ ਜ਼ਿਆਦਾ ਹੈ ਹਮ ਕਿ ਦਰਦ ਤੋਂ ਨਿਵਾਰਨ ਪਾਉਣ ਲਈ ਤੁਸੀਂ ਬਾਕੀ ਜੋੜਾਂ ਦੀ ਹੈਲਪ ਲੈ ਰਹੇ ਹੋ ਤੁਸੀਂ ਚਾਹੁੰਦੇ ਨਹੀਂ ਕਿ ਤੁਹਾਡੇ ਜੋੜ ਤੇ ਭਾਰ ਆਏ ਉੱਥੇ ਵਜ਼ਨ ਪਏ ਇਸ ਲਈ ਤੁਸੀਂ ਆਪਣੇ ਹੱਥ ਦਾ ਇਸਤੇਮਾਲ ਕਰ ਰਹੇ ਹੋ ਦੂਸਰਾ ਕਾਰਨ ਹੋ ਸਕਦਾ ਹੈ ਕਿ ਇਹ ਮਾਸਪੇਸ਼ੀ ਕਮਜ਼ੋਰ ਹੈ ਸਾਡੇ ਗੋਡੇ ਨੂੰ ਚਲਾਉਣ ਵਾਲੀ ਮਾਸਪੇਸ਼ੀ ਇਹ ਸਾਡਾ ਪੱਟ ਹੈ ਪੱਟ ਦੇ ਮਸਲਸ ਇਹ ਵੀਕ ਹੈ ਅਗਰ ਪੱਟ ਦੇ ਮਸਲ ਤੁਹਾਡੇ ਬਹੁਤ ਕਮਜ਼ੋਰ ਨੇ ਤਾਂ ਵੀ ਤੁਹਾਡਾ ਜੋੜ ਭਾਰ ਨਹੀਂ ਚੱਲੇਗਾ ਜੀ ਤੇ ਅਗਰ ਦੂਸਰਾ ਕਾਰਨ ਇਹ ਹੋ ਸਕਦਾ ਹੈ ਜੀ 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 ਨਕਸਬ ਇਹ ਕੁਝ ਗੱਲਾਂ ਹੈਗੀਆਂ ਨਿੱਕੇ ਨਿੱਕੇ ਬਹੁਤ ਬਰੀਫ ਅਨਸਰ ਦਿਓ ਜੀ ਕਿਉਂਕਿ ਸਮਾਂ ਸਾਡੇ ਕੋਲ ਬਹੁਤ ਥੋੜਾ ਹੈ 슈ਗਰ बीपी थायरॉइड ਇਹਨਾਂ ਦਾ ਕੀ ਰੋਲ ਹੈ ਜੋੜਾਂ ਦੀਆਂ ਬਿਮਾਰੀਆਂ ਦੇ ਵਿੱਚ ਕੀ ਇਹਨਾਂ ਦਾ ਕੋਈ ਇਹਨਾਂ ਕਰਕੇ ਜ਼ਿਆਦਾ ਬਿਮਾਰੀਆਂ ਹੁੰਦੀਆਂ ਹਾਂਜੀ ਜੇ ਵਿਪুল ਜੀ ਜੇ ਤੁਹਾਡਾ ਜੇ ਤੁਸੀਂ ਡਾਇਬੀਟਿਕ ਹੋ ਜੀ ਚਾਂਸ ਜ਼ਿਆਦਾ ਹੈ ਕਿ ਤੁਸੀਂ ਤੁਹਾਡਾ ਪਰ ਜ਼ਿਆਦਾ ਹੋਏਗਾ ਜੀ ਤੁਸੀਂ ਐਕਸਰਸਾਈਜ਼ ਘੱਟ ਕਰ ਰਹੇ ਹੋ ਜੀ ਤੇ ਇਹਨਾਂ ਦਾ ਇਸ ਤਰ੍ਹਾਂ ਰੋਲ ਹੈ ਕਿ ਜੇ ਤੁਸੀਂ ਐਕਸਰਸਾਈਜ਼ ਕੱਟ ਕਰ ਰਹੇ ਹੋ ਭਾਰ ਜ਼ਿਆਦਾ ਤਾਂ ਜੋੜ ਖਰਾਬ ਹੁੰਦਾ ਤੁਸੀਂ ਖਤਰਾ ਬਦਾਲ ਲਿਆ ਜੀ 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 ਯਾਨੀ ਕਿ ਨਾ ਬਿਮਾਰੀਆਂ ਕਰਕੇ ਪ੍ਰੋਬਲਮਸ ਬਣਦੀਆਂ ਇੱਕ ਹੋਰ ਗੱਲ ਦੱਸੋ ਕਿ ਇੱਕ ਬੰਦਾ ਕਹਿੰਦਾ ਜੇ ਮੈਂ ਪੌੜੀ ਚੜਦਾ ਭਾਵੇਂ ਮੈਂ 100 ਪੌੜੀਆਂ ਚੜ ਜਾ ਪਰ ਜਦੋਂ ਮੈਂ نیچے ਉਤਰਦਾ ਉਹਦੇ ਬੜੀ ਪ੍ਰੋਬਲਮ ਹੁੰਦੀ ਹੈ ਇਹਦੀ ਕੀ ਵਜ੍ਹਾ ਹੁੰਦੀ ਹੈ ਉਹਦੀ ਵਜ੍ਹਾ ਹੈ ਉਹਦੀ ਵਜ੍ਹਾ ਹੈ ਚਪਨੀ ਅੱਛਾ ਇਹ ਜਿਹੜੀ ਚਪਨੀ ਹੈ ਇਹਦਾ ਰੋਲ ਸੀੜੀਆਂ ਉਤਰਨ ਤੇ ਚੜਨ ਚ ਜ਼ਿਆਦਾ ਹੈ ਇਹਦਾ ਹੱਲ ਕੀ ਹੈ ਇਹਦਾ ਹੱਲ ਐਕਸਰਸਾਈਜ਼ ਕਰਕੇ ਆਪਾਂ ਪੱਟ ਦੇ ਮਸਲ ਸਟਰੋਂਗ ਕਰੀਏ ਜੀ ਤੇ ਅਗਰ ਚਪਨੀਚ ਕੋਈ ਪ੍ਰੋਬਲਮ ਹੈ ਛੋਟੀ ਮੋਟੀ ਕਈ ਵਾਰ ਇਚੋ ਕਾਟਲੇ ਦਾ ਪੀਸ ਉਖੜ ਜਾਂਦਾ ਹੈ ਤਾਂ ਆਪਾਂ ਉਹਦਾ ਇਲਾਜ ਕਰ ਸਕਦੇ ਆ ਜੀ ਡਾਕਟਰ ਮਨੀਸ਼ ਬੰਸਲ ਤੁਸੀਂ ਤਸ਼ੀਫ ਲੇ ਬਹੁਤ ਵੱਡ ਬੁਧੀ ਗੱਲਾਂ ਦਸੀਆਂ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਪਿਆਰੇ ਦਸ਼ਕੋ ਤੁਸੀਂ ਵੀ ਪ੍ਰੋਗਰਾਮ ਦੇਖਿਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਫਿਰ ਮਿਲਾਂਗੇ ਨਮਸਕਾਰ ਨਮਸਕਾਰ